ਅੱਜ 11 ਦਸੰਬਰ ਹੈ ਦਿਨ ਸੋਮਵਾਰ ਹੈ ਪਹਾੜਾਂ ਦੇ ਵਿੱਚ ਬਰਫਬਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਦਾ ਕੜਾਕਾ ਵੱਧ ਗਿਆ ਹੈ ਜੰਮੂ ਕਸ਼ਮੀਰ ਤੇ ਦੋ ਟੋਟੇ ਕਰਨ ਵਾਲੇ ਮੋਦੀ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਵੀ ਦੱਸਿਆ ਸਹੀ ਮੋਦੀ ਸਰਕਾਰ ਨੇ ਕਿਹਾ ਅਦਾਲਤ ਦਾ ਇਤਿਹਾਸਿਕ ਫੈਸਲਾ ਕਸ਼ਮੀਰ ਦੇ ਲੀਡਰਾਂ ਨੇ ਕਿਹਾ ਜੰਗ ਜਾਰੀ ਰਹੇਗੀ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਦਾ ਇੱਕ ਹੋਰ ਫੰਡ ਰੋਕਿਆ ਰਾਜ ਸਭਾ ਦੇ ਵਿੱਚ ਰੌਲਾ ਪਿਆ ਪੰਜਾਬ ਪੁਲਿਸ ਨੇ ਵਿਕਰਮ ਮਜੀਠੀਆ ਨੂੰ ਸੱਦ ਲਿਆ ਹੈ ਮਜੀਠੀਆ ਨੇ ਕਿਹਾ ਸੀਐਮ ਦੇ ਸੀਨੇ ਵਿੱਚ 6 ਵਜੇ ਯੂਕੇ ਤੇ ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਵੱਲੋਂ ਵੀ ਵੀਜ਼ਾ ਨਿਯਮ ਸਖਤ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਸੈਂਟਰ ਖਿਲਾਫ ਫੇਰ ਵੱਡੇ ਅੰਦੋਲਨ ਦਾ ਐਲਾਨ ਐਨੀਮਲ ਫਿਲਮ ਦਾ ਵਿਰੋਧ ਸ਼ੁਰੂ ਵਿਵਾਦਿਤ ਸਿੱਖਾਂ ਦੇ ਸੀਨ ਹਟਾਉਣ ਦੀ ਮੰਗ ਸਨੀ ਦੇ ਆਲ ਮੋਡ ਲਾਪਤਾ ਹੈ ਪੰਜਾਬ ਦੇ ਵਿੱਚ ਲੱਭਣ ਵਾਲੇ ਨੂੰ ਮਿਲੇਗਾ 50000 ਦਾ ਇਨਾਮ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਨੇ ਦਿੱਤਾ ਸਰਪ੍ਰਾਈਜ਼ ਸ਼ਿਵਰਾਜ ਸਿੰਘ ਦੀ ਵਿदाई ਮੋਹਨ ਯਾਦਵ ਨਵੇਂ ਸੀਐਮ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਉੱਤਰੀ ਭਾਰਤ ਦੇ ਵਿੱਚ ਪੱਛਮੀ ਗੜਬੜੀ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਨੇ 2 ਦਿਨ ਪਹਿਲਾਂ ਹੀ ਭਵਿਕ ਬਾਣੀ ਕੀਤੀ ਸੀ ਕਿ 11 ਦਸੰਬਰ ਤੋਂ ਇਸ ਦਾ ਅਸਰ ਦਿਖਾਈ ਦੇਵੇਗਾ ਪਹਾੜਾਂ ਦੇ ਉੱਚੇ ਇਲਾਕਿਆਂ ਦੇ ਵਿੱਚ ਬਰਫ਼ ਤੇ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ 11 ਤੇ 12 ਦਸੰਬਰ ਨੂੰ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਦੀ ਪੰਜਾਬ ਦੇ ਵਿੱਚ ਭਵਿੱਖਬਾਣੀ ਕੀਤੀ ਹੈ ਲੰਘੇ ਦਿਨ ਦੇ ਮੁਕਾਬਲੇ ਪੰਜਾਬ ਦੇ ਤਾਪਮਾਨ ਦੇ ਵਿੱਚ 0.5 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਸਭ ਤੋਂ ਠੰਡਾ ਜ਼ਿਲ੍ਹਾ ਪੰਜਾਬ ਦਾ ਹੁਣ ਫਰੀਦਕੋਟ ਬਣ ਗਿਆ ਇੱਥੇ ਰਾਤ ਦਾ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ ਹੈ ਸਰਦੀਆਂ ਵਿੱਚ ਪਹਿਲੀ ਵਾਰੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰਾਤ ਦਾ ਤਾਪਮਾਨ ਜਿਹੜਾ ਉਹ ਸਿੰਗਲ ਅੰਕੜੇ ਦੇ ਵਿੱਚ ਦਰਜ ਹੋਇਆ ਜਨਕਿ 10 ਤੋਂ ਹੇਠਾਂ-ਹੇਠਾ ਖਾਸ ਕਰਕੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਤਾਂ ਪਹਿਲੀ ਵਾਰੀ ਘੱਟੋ-ਘੱਟ ਤਾਪਮਾਨ 10 ਤੋਂ ਥੱਲੇ 9 ਡਿਗਰੀ ਦੇ ਆਲੇ-ਦੁਆਲੇ ਦਰਜ ਕੀਤਾ ਗਿਆ ਅੰਮ੍ਰਿਤਸਰ ਬਰਨਾਲਾ ਤੇ ਮੋਗਾ ਦੇ ਵਿੱਚ ਠੰਡ ਹੁਣ ਆਪਣਾ ਰੰਗ ਦਿਖਾਉਣ ਲੱਗੀ ਹੈ ਬਠਿੰਡਾ ਦੇ ਵਿੱਚ ਵੀ ਠੰਡ ਵੱਧ ਰਹੀ ਹੈ ਮਾਨਸਾ ਦਾ ਵੀ ਇਹੀ ਹਾਲ ਹੈ ਘੱਟੋ ਘੱਟ ਤਾਪਮਨ 6 ਡਿਗਰੀ ਇੱਥੇ ਦਰਜ ਕੀਤਾ ਜਾ ਰਿਹਾ ਹੈ ਲੁਧਿਆਣਾ ਪਟਿਆਲਾ ਗੁਰਦਾਸਪੁਰ ਦੇ ਵਿੱਚ 7-7 ਡਿਗਰੀ ਦਰਜ ਕੀਤਾ ਗਿਆ ਹੈ ਪਹਾੜਾਂ ਦੀ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਨੇ 12 ਤੇ 13 ਦਸੰਬਰ ਨੂੰ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ, ਕਿਨੌਰ ਦੇ ਵਿੱਚ ਮੀਂਹ ਦੇ ਨਾਲ-ਨਾਲ ਸਨੋ ਫਾਲ ਹੋਏਗੀ ਜਦਕਿ ਮੈਦਾਨੀ ਇਲਾਕੇ ਉਨਾਬਲਾਸਪੁਰ, ਹਮੀਰਪੁਰ ਤੇ ਕਾਂਗੜਾ ਦੇ ਵਿੱਚ ਧੁੱਪ ਨਿਕਲਣ ਦੀ ਭਵਿੱਖਬਾਣੀ ਹੈ। 14 ਦਸੰਬਰ ਨੂੰ ਇੱਥੇ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ ਤੇ ਫਿਰ 15 ਨੂੰ ਭਾਰੀ ਮੀਂਹ ਦੀ ਵੀ ਭਵਿੱਖਬਾਣੀ ਪਿਛਲੇ ਦਿਨੀ ਹੋਈ ਸੀ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਇੱਥੇ ਉੱਚੇ ਇਲਾਕਿਆਂ ਵਿੱਚ ਮੌਸਮ ਵਿਭਾਗ ਨੇ 12 ਤੋਂ 15 ਦਸੰਬਰ ਤੱਕ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ ਜਿਸ ਦੇ ਨਾਲ ਪਾਰਾ 2 ਡਿਗਰੀ ਹੇਠਾਂ ਡਿੱਗੂਗਾ ਲੇਹ ਦੇ ਵਿੱਚ ਜ਼ਬਰਦਸਤ ਠੰਡ ਪੈ ਰਹੀ ਹੈ ਲੰਘੇ ਦਿਨੀ ਇੱਥੇ ਤਾਪਮਾਨ -10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਹੁਣ ਤੁਹਾਡੇ ਸਾਰਿਆਂ ਦੇ ਲਈ ਤਿੰਨ ਜਾਣਕਾਰੀ ਭਰਪੂਰ ਖਬਰਾਂ ਦੱਸ ਦਿੰਨੇ ਹਾਂ ਖਬਰ ਗੰਡੇ ਦੇ ਰੇਟ ਨਾਲ ਜੁੜੀ ਹੋਈ ਹੈ ਅਗਲੇ ਸਾਲ ਜਨਵਰੀ ਤੱਕ ਯਾਨੀ ਕਿ 2024 ਦੇ ਜਨਵਰੀ ਮਹੀਨੇ ਤੱਕ ਅਧਿਕ ਅਧਿਕ ਮਹੀਨੇ ਤੱਕ ਪਿਆਜ਼ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿਲੋ ਤੋਂ ਵੀ ਹੇਠਾਂ ਆ ਜਾਣੀਆਂ ਖਪਤਕਾਰ ਮਾਮਲੇ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਉਮੀਦ ਹੈ ਕਿ ਜਨਵਰੀ ਤੱਕ ਗੰਡੇ ਦੇ ਭਾ ਮੌਜੂਦਾ ਭਾ 57 ਰੁਪਏ ਪ੍ਰਤੀ ਕਿਲੋ ਤੋਂ ਘਟ ਕੇ 40 ਰੁਪਏ ਪ੍ਰਤੀ ਕਿਲੋ ਤੋਂ ਵੀ ਹੇਠਾਂ ਆ ਜਾਣਗੇ ਰਾਜਸਤਾਨੀ ਦਿੱਲੀ ਦੇ ਵਿੱਚ ਗੰਡੇ ਦੀ ਪਰਚੂਨ ਵਿਕਰੀ ਦੀ ਕੀਮਤ ਹੈ ਜਿਹੜੀ ਉਹ 80 ਰੁਪਏ ਪ੍ਰਤੀ ਕਿਲੋ ਤੋਂ ਪਾਰ ਹੋ ਗਈ ਮੰਡੀਆਂ ਦੇ ਵਿੱਚ 60 ਕਿਲੋ ਦੇ ਨੇੜੇ ਤੇੜੇ ਗੰਡਾ ਵਿਕ ਰਿਹਾ ਉਸ ਤੋਂ ਬਾਅਦ ਸਰਕਾਰ ਨੇ ਪਿਛਲੇ ਹਫਤੇ ਹੀ ਅਗਲੇ ਸਾਲ ਮਾਰਚ ਤੱਕ ਪਿਆਜ਼ ਦੀ ਬਰਾਮਤ 'ਤੇ ਪਾਬੰਦੀ ਲਾਉਣ ਦਾ ਵੀ ਐਲਾਨ ਕਰ ਦਿੱਤਾ ਸੀ ਜ਼ਰੂਰੀ ਖਬਰ RBI ਦੀ ਚੇਤਾਵਨੀ ਦੇ ਨਾਲ ਜੁੜੀ ਹੋਈ ਹੈ ਭਾਰਤੀ ਰਿਜ਼ਰਵ ਬੈਂਕ ਭਾਰਤ ਦਾ ਸਭ ਤੋਂ ਵੱਡਾ ਬੈਂਕ ਇਸ ਨੇ ਪ੍ਰਿੰਟ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਰਜ਼ਾ ਮਾਫੀ ਦੀਆਂ ਪੇਸ਼ਕਸ਼ਾਂ ਨਾਲ ਸੰਬੰਧਿਤ ਗੁੰਮਰਾਹਕੁੰਨ ਇਸ਼ਤਿਹਾਰਾਂ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਹੈ ਯਾਨੀ ਕਿ ਜੇ ਤੁਹਾਨੂੰ ਕਿਤੇ ਵੀ ਅਜਿਹੀ ਖਬਰ ਮਿਲਦੀ ਹੈ ਜਾਂ ਇਸ਼ਤਿਹਾਰ ਤੁਸੀਂ ਦੇਖਦੇ ਹੋ ਕਿ ਆਰਬੀਆ ਨੇ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਉਹ ਬਿਲਕੁਲ ਝੂਠੀ ਖਬਰ ਹੈ ਜਿਹੜਾ ਨਹੀਂ ਕੀਤਾ ਗਿਆ ਆਰਬੀਆ ਨੇ ਕਰਜ਼ਾ ਮਾਫੀ ਦੀ ਪੇਸ਼ਕਸ਼ ਕਰਕੇ ਕਰਜ਼ਦਾਰਾਂ ਨੂੰ ਲੁਭਾਉਣ ਵਾਲੇ ਕੁਝ ਗੁੰਮਰਾਹਕੁਨ ਇਸ਼ਤਿਹਾਰਾਂ ਦਾ ਸਖਤ ਨੋਟਿਸ ਲਿਆ ਇਹ ਸੰਸਥਾਵਾਂ ਪ੍ਰਿੰਟ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਅਜਿਹੀਆਂ ਕਈ ਮੁਹਿੰਮਾਂ ਦੀ ਸਰਗਰਮੀ ਨਾਲ ਜਿਹੜੀ ਹੈਗੀ ਉਹ ਪ੍ਰਚਾਰ ਕਰ ਰਹੀਆਂ ਨੇ ਅਜਿਹੀਆਂ ਰਿਪੋਰਟਾਂ ਵੀ ਹਨ ਕਿ ਜਈਆਂ ਸੰਸਥਾਵਾਂ ਬਿਨਾਂ ਕਿਸੇ ਅਧਿਕਾਰ ਦੇ ਕਰਜ਼ਾ ਮਾਫੀ ਸਰਟੀਫਿਕੇਟ ਜਾਰੀ ਕਰਨ ਦੇ ਲਈ ਸੇਵਾ ਫੀਸ ਵੀ ਲੈ ਰਹੀਆਂ ਨੇ ਤੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਉਹ ਜਈਆਂ ਝੂਠੀਆਂ ਤੇ ਗੁੰਮਰਾਹਕੁੰਨ ਮੁਹਿੰਮਾਂ ਦਾ ਸ਼ਿਕਾਰ ਨਾ ਹੋਣ ਅਜਈਆਂ ਘਟਨਾਵਾਂ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜ਼ਰੂਰ ਦੇਣ ਖਬਰ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਨਾਲ ਜੁੜੀ ਹੋਈ ਹੈ ਪਿੰਡਾਂ ਦੇ ਲੋਕਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਥਿਤੀ ਸਾਫ਼ ਹੋ ਗਈ ਹੈ ਅਗਲੇ ਸਾਲ ਜਨਵਰੀ ਮਹੀਨੇ ਦੇ ਦੂਸਰੇ ਹਫ਼ਤੇ ਤੋਂ ਬਾਅਦ ਕਿਸੇ ਵੀ ਵਕਤ ਪੰਜਾਬ ਦੇ ਵਿੱਚ ਸਰਪੰਚੀ ਪੰਚੀ ਦੀਆਂ ਚੋਣਾਂ ਹੋ ਸਕਣਦੀਆਂ ਨੇ ਇਸ ਦੇ ਲਈ ਚੋਣ ਕਮਿਸ਼ਨ ਨੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਇੱਕ ਨੋਟੀਫਿਕੇਸ਼ਨ ਭੇਜ ਦਿੱਤਾ ਹੈ ਚੋਣ ਕਮਿਸ਼ਨ ਨੇ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਨੇ ਜਿਸ ਤੋਂ ਤੈ ਹੈ ਕਿ ਜਨਵਰੀ ਜਾਂ ਫਿਰ ਫਰਵਰੀ ਦੇ ਪਹਿਲੇ ਹਫਤੇ ਚੋਣਾਂ ਹੋ ਸਕਦੀਆਂ ਨੇ ਇਸ ਤੋਂ ਪਹਿਲਾਂ ਸੂਬੇ ਦੇ ਵਿੱਚ ಗ್ರಾಮ ਪੰਚਾਇਤ ਚੋਣਾਂ ਕਰਵਾਉਣ ਲਈ 11 ਤੋਂ 18 ਦਸੰਬਰ ਤੱਕ ਵੋਟਰ ਸੂਚੀਆਂ ਤਿਆਰ ਕਰਨ ਦੇ ਲਈ ਵੀ ਕਿਹਾ ਗਿਆ ਮੋਦੀ ਸਰਕਾਰ ਨੇ ਮਾਨ ਸਰਕਾਰ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਜੁਲਾਈ ਦੇ ਵਿੱਚ ਸੂਬਾ ਸਰਕਾਰ ਨੇ ਕੇਂਦਰ ਨੂੰ ਇੱਕ ਚਿੱਠੀ ਲਿਖ ਕੇ ਸੂਬੇ ਵਿੱਚ ਚੱਲ ਰਹੇ ਕੇਂਦਰ ਦੇ ਪ੍ਰੋਜੈਕਟਾਂ ਦੇ ਲਈ ਸਪੈਸ਼ਲ 1837 ਕਰੋੜ ਦਾ ਪੈਕੇਜ ਮੰਗਿਆ ਸੀ ਉਹ ਵੀ ਹੁਣ ਕੇਂਦਰ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਇਲਜ਼ਾਮ ਲਾਇਆ ਕਿ ਕੇਂਦਰੀ ਸਕੀਮਾਂ ਦੇ ਲਈ ਬ੍ਰਾਂਡਿੰਗ ਨਿਯਮਾਂ ਦੀ ਸਹੀ ਪਾਲਣਾ ਨਹੀਂ ਹੋ ਰਹੀ ਜਰ ਕੇ ਪੰਜਾਬ ਦੇ ਚੀਫ ਸਕੱਤਰਨ ਰਾਗ ਵਰਮਾ ਨੇ ਕਿਹਾ ਕਿ ਪੰਜਾਬ ਲਗਾਤਾਰ ਇਸ ਮਸਲੇ ਤੇ ਕੇਂਦਰ ਸਰਕਾਰ ਦੇ ਨਾਲ ਗੱਲ ਕਰ ਰਿਹਾ ਹੈ ਜਿਨ੍ਹਾਂ ਫੰਡਾਂ ਤੇ ਕੇਂਦਰ ਨੇ ਰੋਕ ਲਾਈ ਹੈ ਉਸ ਦਾ ਆਯੁਸ਼ਮਾਨ ਭਾਰਤ ਸਕੀਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੇਂਦਰ ਸਰਕਾਰ ਨੇ ਚਿੱਠੀ ਵਿੱਚ ਲਿਖਿਆ ਕਿ 5 ਜੁਲਾਈ ਨੂੰ ਜਦੋਂ ਪੰਜਾਬ ਸਰਕਾਰ ਨੇ 1837 ਕਰੋੜ ਦਾ ਫੰਡ ਮੰਗਿਆ ਸੀ ਤਾਂ ਕਿਹਾ ਸੀ ਕਿ ਉਹ ਕੇਂਦਰ ਦੇ ਬ੍ਰਾਂਡਿੰਗ ਨਿਯਮਾਂ ਦਾ ਧਿਆਨ ਰੱਖਣਗੇ ਪਰ ਸਾਨੂੰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੱਸਿਆ ਕਿ ਪੰਜਾਬ ਸਰਕਾਰ ਬ੍ਰਾਂਡਿੰਗ ਤੇ ਧਿਆਨ ਨਹੀਂ ਦੇ ਰਹੀ ਮੋਦੀ ਸਰਕਾਰ ਨੇ ਕਿਹਾ ਕਿ ਅਸੀਂ ਸਤੰਬਰ ਤੱਕ ਇਸਦੀ ਰਿਪੋਰਟ ਮੰਗੀ ਸੀ ਉਹ ਵੀ ਸਾਨੂੰ ਨਹੀਂ ਭੇਜੀ ਗਈ ਤੇ ਕੇਂਦਰ ਵੱਲੋਂ ਪੰਜਾਬ ਦੇ ਰੋਕ ਕੇ ਫੰਡਾਂ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਵੀ ਜ਼ਬਰਦਸਤ ਹੰਗਾਮਾ ਹੋਇਆ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਪੰਜਾਬ ਦੀਆਂ ਵੱਖ-ਵੱਖ ਸਕੀਮਾਂ ਦਾ 8000 ਕਰੋੜ ਦਾ ਫੰਡ ਰੋਕ ਕੇ ਬੈਠੀ ਹੈ ਆਰਡੀਐਫ ਦਾ ਫੰਡ ਕੇਂਦਰ ਨੇ ਇਸ ਲਈ ਨਹੀਂ ਦਿੱਤਾ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਦੀ ਦੂਸਰੀ ਥਾਂ ਵਰਤੋਂ ਕੀਤੀ ਸੀ ਕੇਂਦਰ ਨੇ ਸਾਨੂੰ ਆਰਡੀਐਫ ਦੇ ਲਈ ਨਿਯਮ ਬਣਾਉਣ ਨੂੰ ਕਿਹਾ ਅਸੀਂ ਬਣਾ ਦਿੱਤੇ ਕੇਂਦਰ ਸੰਤੁਸ਼ਟ ਵੀ ਹੋ ਗਿਆ ਪਰ ਫਿਰ ਵੀ ਸਾਨੂੰ ਆਰਡੀਐਫ ਦਾ ਪੈਸਾ ਨਹੀਂ ਦਿੱਤਾ ਗਿਆ ਫਿਰ ਸਿਹਤ ਫੰਡ ਨਹੀਂ ਦਿੱਤੇ ਗਏ ਕਿਹਾ ਗਿਆ ਕਿ ਤੁਸੀਂ ਮੁਹੱਲਾ ਕਲੀਨਿਕ ਤੇ ਖਰਚ ਕਰਦੇ ਹੋ ਜਦੋਂ ਕਿ ਮੁਹੱਲਾ ਕਲੀਨਿਕ ਦਾ ਫੰਡ ਪੰਜਾਬ ਸਰਕਾਰ ਦੇ ਕੋਲ ਵੱਖਰਾ ਹੈ ਇਹ ਦਾਵਾ ਕੀਤਾ ਸੰਦੀ ਪਾਠਕ ਨੇ ਪੰਜਾਬ ਦਾ ਬਹੁਤ ਸਾਰਾ ਪੈਸਾ ਕੇਂਦਰ ਸਰਕਾਰ ਕੇ ਪਾਸ اٹਕਾ ਹੋਇਆ ਹੈ ਕੇਂਦਰ ਸਰਕਾਰ ਨੇ ਉਹ ਪੈਸਾ ਰੋਕ ਕੇ ਰੱਖਾ ਹੋਇਆ ਹੈ ਲਗਭਗ आर जो रूरल डेवलपमेंट फंड है उसमें साढ़े पाँच हज़ार नेशनल हेल्थ मिशन का 621 करोड़ एम का लगभग साढ़े आठ सौ करोड़ स्पेशल असिस्टेंस का 1800 करोड़ टोटल लगभग आठ हजार करोड़ पंजाब का पैसा केंद्र सरकार के पास अटका पड़ा है रोका हुआ है किसी किसी कारणों से मैं आज आपके माध्यम से केंद्र सरकार से हाथ जोड़ के विनती करता हूँ कि सर पंजाब के साथ अन्याय ना हो पंजाब के अधिकार का पैसा उसे मिलना चाहिए अगर मैं आर की बात करूँ सर तो रूरल डेवलपमेंट फंड मोस्टली मंडी के रख रखाव और निर्माण के लिए होता है इसके साथ साथ लगभग सड़सठ किलोमीटर मंडी के आसपास का जो रोड होता है ਸੜਕੇ ਹੁੰਦੀ ਉਸਦੀ ਰੱਖ-ਰਖਾਓ ਲਈ ਹੁੰਦੀ ਹੈ। ਤੇ ਆਮ ਆਦਮੀ ਪਾਰਟੀ ਦੇ ਅਸਭਾ ਚਲਾਏ ਇਲਜ਼ਾਮਾਂ ਦਾ ਕੇਂਦਰੀ ਸਿਹਤ ਮੰਤਰੀ ਮਨਸੂਖ ਪੰਡਾਵੀਆ ਨੇ ਉੱਤਰ ਵੀ ਦਿੱਤਾ। ਕਹਿੰਦੇ ਅਸੀਂ ਸੂਬਾ ਸਰਕਾਰ ਦੇ ਹੱਕ ਦਾ ਪੈਸਾ ਦੇਣਾ ਚਾਹੁੰਦੇ ਆ ਪਰ ਸਰਕਾਰ ਦੀ ਵੀ ਨਿਯਮਾਂ ਦੇ ਪ੍ਰਤੀ ਜਵਾਬਦੇਹੀ ਬਣਦੀ ਹੈ। ਜੇ ਸੂਬਾ ਸਰਕਾਰ ਆਪਣੇ ਨਾਮ ਨਾਲ ਕੇਂਦਰ ਦੀ ਸਕੀਮ ਦੇ ਫੰਡਾਂ ਦੀ ਦੁਰਵਰਤੋਂ ਕਰੇਗੀ ਤਾਂ ਅਸੀਂ ਪੈਸੇ ਕਿਉਂ ਦੇਵਾਂਗੇ ਤੇ ਕਿਵੇਂ ਦੇਵਾਂਗੇ? ਕੋਈ ਸਰਕਾਰ ਇਹ ਯੋਜਨਾ ਆਪਣੇ ਨਾਮ 'ਤੇ ਕਰੇ ਔਰ ہماری ਯੋਜਨਾ ਹੀ ਨਾ ਰਹੇ। जिसको पार्लियामेंट की अनुमति ना हो जो रूल्स रेगुलेशन Please में conclude. आता न हो Please. जिसको कैबिनेट की अप्रूवल न हो उसको तो हम कैसे पैसा दे देंगे इसलिए किसी को पैसा Thank देने you. के लिए ਆਮਰਿ ਵਿਵੇਕ ਠਾਕੁਰ ਸੋ ਸੈਂਟਰ ਸਰਕਾਰ ਦੇ ਇਸ ਜਵਾਬ ਦੇ ਨਾਲ ਆਪ ਐਮਪੀ ਨਾਖੁਸ਼ ਨਜ਼ਰ ਆਏ ਸੰਦੀਪ ਪਾਟਕ ਸਹਿਮਤ ਨਹੀਂ ਹੋਏ ਜਿਸ ਤੋਂ ਬਾਅਦ ਰਾਜ ਸਭਾ ਦੇ ਸਾਰੇ ਐਮਪੀਜ਼ ਨੇ ਵਾਕ ਆਊਟ ਕਰ ਦਿੱਤਾ ਬਾਹਰ ਚਲੇ ਗਏ ਉੱਠ ਕੇ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁੱਲ 10 ਮੈਂਬਰ ਨੇ ਜਿਨ੍ਹਾਂ ਵਿੱਚੋਂ ਦਿੱਲੀ ਦੇ 3 ਨੇ 7 ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਤੇ ਸੌਂਵਾਰ ਨੂੰ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਖੁਦ ਆਪਣੀਆਂ ਜਾਨਾਂ ਦੇਣ ਦਾ ਮਸਲਾ ਵੀ ਰਾਜ ਸਭਾ 'ਚ ਗੁੰਜਿਆ ਪੰਜਾਬ ਤੋਂ ਰਾਜ ਸਭਾ ਐਮਪੀ ਸ਼ੰਤਬਲਬੀਰ ਸਿੰਘ ਸੀਚੇਵਾਲ ਨੇ ਦਾਵਾ ਕੀਤਾ ਕਿ ਰੋਜ਼ਾਨਾ 114 ਕਿਸਾਨ ਮੁਲਕ ਦੇ ਵਿੱਚ ਜਾਨਾਂ ਦੇ ਰਹੇ ਨੇ ਨੌਜਵਾਨ ਜ਼ਮੀਨਾਂ ਵੇਚ ਕੇ ਬਾਹਰ ਨੂੰ ਜਾ ਰਹੇ ਨੇ ਸਾਡਾ ਨੌਜਵਾਨ ਵੀ ਪਲਾਨ ਕਰ ਰਿਹਾ ਹੈ ਤੇ ਪੈਸਾ ਵੀ ਵਿਦੇਸ਼ਾਂ ਨੂੰ ਜਾ ਰਿਹਾ ਹੈ ਸੀਚੇਵਾਲ ਨੇ ਕਿਹਾ ਕਿ ਖੇਤੀ ਨੂੰ ਮਜ਼ਬੂਤ ਅਤੇ ਫਾਇਦੇਮੰਦ ਸੌਦਾ ਬਣਾਉਣ ਦੇ ਲਈ ਕੇਂਦਰ ਨੂੰ ਪਹਿਲ ਕਰਨੀ ਹੀ ਪਊਗੀ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਦੀ ਲੋੜ ਹੈ ਕੇਂਦਰ ਸਰਕਾਰ ਨੇ ਐਮਐਸਪੀ ਕਾਨੂੰਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਨੂੰ ਹਾਲੇ ਤੱਕ ਸਿਰੇ ਨਹੀਂ ਚੜਿਆ ਕੇਂਦਰ 21 ਫਸਲਾਂ ਤੇ ਐਮਐਸਪੀ ਦਾ ਐਲਾਨ ਕਰਦੀ ਹੈ ਪਰ ਖਰੀਦ ਸਿਰਫ ਤੇ ਸਿਰਫ ਦੋ ਫਸਲਾਂ ਤੇ ਹੀ ਹੁੰਦੀ ਹੈ ਬਾਕੀਆਂ ਤੇ ਨਹੀਂ ਹੁੰਦੀ ਸਰਕਾਰ ਤੋਂ ਉਹਨਾਂ ਨੇ ਮੰਗ ਕੀਤੀ ਕਿ ਵਾਗਾ ਸਰਹੱਦ ਦੇ ਜ਼ਰੀਏ ਵਪਾਰ ਦਾ ਰਾਹ ਖੋਲਿਆ ਜਾਵੇ ਤਾਂ ਕਿ ਕਿਸਾਨਾਂ ਦੇ ਨਾਲ ਵਪਾਰੀਆਂ ਨੂੰ ਵੀ ਰਾਹਤ ਮਿਲ ਸਕੇ ਤੇ ਸਰਹੱਦ ਤੋਂ ਪਾਰ ਪਾਕਿਸਤਾਨ ਦੇ ਨਾਲ ਵਪਾਰ ਦਾ ਲਾਂਘਾ ਖੋਲਣ ਦੀ ਮੰਗ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖਹਿਰਾ ਸਿਮਰਨਜੀਤ ਸਿੰਘ ਮਾਨ ਇਹ ਲੀਡਰ ਵੀ ਪਹਿਲਾਂ ਤੋਂ ਹੀ ਕਰਦੇ ਆ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਐਮਪੀਸ ਨੇ ਵੀ ਰਾਜ ਸਭਾ ਦੇ ਵਿੱਚ ਇਹ ਮੰਗ ਚੁੱਕੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਨਵਰੀ ਦੇ ਵਿੱਚ ਫੇਰ ਵੱਡੇ ਰੋਸ ਮੁਜ਼ਾਹਰਿਆਂ ਦਾ ਐਲਾਨ ਕਰ ਦਿੱਤਾ ਚੰਡੀਗੜ੍ਹ ਦੇ ਕਿਸਾਨ ਪੰਵਨ ਦੇ ਵਿੱਚ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਫਾਰਮਾਂ ਤੋਂ ਕਿਸਾਨ ਲੀਡਰ ਸਰਵੰਤ ਸਿੰਘ ਪੰਧੀਰ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਦੱਸਿਆ ਕਿ ਭਾਰਤ ਪੱਧਰੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਤੇ ਦਿੱਲੀ ਮੋਰਚੇ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਵੱਡੇ ਸੰਘਰਸ਼ਾਂ ਦੀ ਤਿਆਰੀ ਦੇ ਲਈ 2 ਦਿਨ ਚੁਣੇ ਨੇ 2 ਜਨਵਰੀ ਨੂੰ ਮਾਝੇ ਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਤੇ ਫਿਰ 6 ਜਨਵਰੀ ਨੂੰ ਮਾਲਵੇ ਦੇ ਵਿੱਚ ਬਰਨਾਲਾ ਵਿੱਚ ਲੱਖਾਂ ਦੇ ਇਕੱਠ ਕੀਤੇ ਜਾਣਗੇ ਮਾਝੇ ਦੇ ਇਲਾਕੇ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਸਰਕਾਰ ਤੱਕ ਆਪਦਾ ਮੈਸੇਜ ਪਹੁੰਚਾਉਣ ਦਾ ਇਹਦੀ ਕੋਸ਼ਿਸ਼ ਕਰਾਂਗੇ ਔਰ ਅਗਲਾ ਪ੍ਰੋਗਰਾਮ ਹੈ ਜਿਹੜਾ ਸਾਡਾ ਉਹ ਫਾਇਦੇ ਆਪਣੇ ਬਰਨਾਲੇ ਦੇ ਵਿੱਚ 6 ਜਨਵਰੀ ਨੋਟ ਕਰ ਲਿਓ ਡੇਟ 6 ਜਨਵਰੀ ਨੂੰ ਉੱਥੇ ਇਕੱਠ ਹੋਣਾ ਹੈ ਇਹਨਾਂ ਦੋਹਾਂ ਇਕੱਠਾਂ ਤੋਂ ਬਾਅਦ ਅਸੀਂ ਸੈਸ ਕਰਕੇ ਇੱਕ ਪ੍ਰੋਗਰਾਮ ਦੇਵਾਂਗੇ ਜਿਹਦੇ ਤਹਿਤ ਦਿੱਲੀ ਵੱਲ ਨੂੰ ਕਿਹੇ ਜਿਹੜਾ ਪ੍ਰੋਗਰਾਮ ਦੇਣਾ ਉਹ ਉਸ ਤੋਂ ਬਾਅਦ ਦੱਸਾਂਗੇ ਜਿਹੜੀਆਂ ਮੰਗਾਂ ਦੀ ਜੋ ਡਿਟੇਲ ਹੈ ਕਿਸ-ਕਿਸ ਤਰ੍ਹਾਂ ਦੀਆਂ ਕਿੰਨੀਆਂ ਮੰਗਾਂ ਨੇ ਸਾਰੀ ਗੱਲਬਾਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲਿਸਟਕਰ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਸਾਰੀਆਂ ਫਸਲਾਂ ਤੇ ਲਾਗੂ ਹੋਵੇ ਇਹੀ ਸਾਡੀ ਪ੍ਰਮੁੱਖ ਮੰਗ ਹੋਊਗੀ ਡਾਕਟਰ ਸੁਆਮੀਨਾਥਨ ਦੇ ਨਿਯਮਾਂ ਦੇ ਨਾਲ ਭਾਅ ਤੈਅ ਹੋਵੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਪੂਰਾ ਕਰਜ਼ਾ ਮਾਫ਼ ਕੀਤਾ ਜਾਵੇ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਢ ਸਮੇਤ ਹੁਣ ਤੱਕ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇਸ ਨੂੰ ਲੈ ਕੇ ਮੋਰਚਾ ਲਾਇਆ ਜਾਵੇਗਾ ਸਾਰੀਆਂ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀ2 ਫਾਰਮੂਲੇ ਵਿੱਚ 50% ਜਿਹੜੇ ਭਾਅ ਅਨਸਾਰ ਭਾਅ ਦਿੱਤੇ ਜਾਣ ਅਗਲਾ ਹੈਗਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ ਇਹ ਦੋਗਾ 3 ਨੰਬਰ 'ਚ ਪਿਛਲੇ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾ ਜਿਵੇਂ ਕਿ ਲਖੀਮਪੁਰ ਖੀਰੀ ਕਾਂਡ ਦਾ ਜਿਹੜਾ ਇਨਸਾਫ ਦਿੱਤਾ ਜਾਵੇ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਨੇ ਦਿੱਲੀ ਦੇ ਵਿੱਚ ਲੰਬਾ ਸਮਾਂ ਚੱਲੇ ਇਤਿਹਾਸਿਕ ਕਿਸਾਨੀ ਅੰਦੋਲਨ ਦਾ ਦੂਸਰਾ ਫਤਿਹ ਦਿਵਸ ਮਨਾਇਆ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਜਦਾ ਕੀਤਾ ਇਸ ਮੌਕੇ ਕਿਸਾਨ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਏਜੰਸੀਆਂ ਦੇ ਵੱਲੋਂ ਉਹਨਾਂ ਨੂੰ ਅਪਰਾਧਿਕ ਮਾਮਲੇ ਵਿੱਚ ਫਸਾਉਣ ਲਈ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ 9 ਦਸੰਬਰ 2021 ਨੂੰ ਖੇਤੀਬਾੜੀ ਤੇ ਕਿਸਾਨ ਪੁਲਾਈ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਹਸਤਾਖਰ ਕੀਤੇ ਲਿਖਤੀ ਪੱਤਰ ਦੇ ਆਧਾਰ ਤੇ ਸੰਯੁਕਤ ਮੋਰਚੇ ਨਾਲ ਸਮਝੌਤਾ ਕੀਤਾ ਸੀ ਉਸ ਤੋਂ ਬਾਅਦ ਕਿਸਾਨਾਂ ਨੇ ਇਤਿਹਾਸਿਕ ਮੋਰਚਾ ਸਮਾਪਤ ਕੀਤਾ ਸੀ ਸਮਾਪਤ ਨਹੀਂ ਬਲਕਿ ਸਸਪੈਂਡ ਕੀਤਾ ਸੀ ਉਹ ਕਿਸੇ ਵੇਲੇ ਵੀ ਖਤਮ ਸ਼ੁਰੂ ਹੋ ਸਕਦਾ ਹੈ ਪੱਤਰ ਦੇ ਵਿੱਚ ਕਹਿੰਦੇ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਯੂਪੀ ਉੱਤਰਾਖੰਡ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਹਰਿਆਣਾ ਸਮੇਤ ਪੰਜਾਬ ਦੀਆਂ ਸੂਬਾ ਸਰਕਾਰਾਂ ਕਿਸਾਨ ਸੰਘਰਸ਼ ਨਾਲ ਸੰਬੰਧਿਤ ਸਾਰੇ ਕੇਸ ਤੁਰੰਤ ਵਾਪਸ ਲੈਣ ਲਈ ਸਹਿਮਤ ਨੇ ਪਰ ਹਾਲੇ ਤੱਕ ਕਹਿੰਦੇ ਸਾਰੇ ਕੇਸ ਵਾਪਸ ਨਹੀਂ ਲੈ ਗਏ। ਤਕਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰਾਂ ਦੀ ਹੋਂਦ ਹਸਤੀ ਨੂੰ ਲੈ ਕੇ ਇੱਕ ਵਾਰੀ ਫੇਰ ਬਿਆਨ ਦਿੱਤਾ ਹੈ। ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਹਾਲਾਂਕਿ ਮੈਂ ਹੁਣ ਤੱਕ ਕੋਈ ਵੀ ਫੈਸਲਾ ਸਿਆਸੀ ਪ੍ਰਭਾਵ ਅਧੀਨ ਨਹੀਂ ਲਿਆ। ਨਾ ਹੀ ਕਹਿੰਦੇ ਸਿਆਸੀ ਪ੍ਰਭਾਵਦੀਨ ਮੈਂ ਕਦੇ ਕੋਈ ਬਿਆਨ ਦਿੱਤਾ ਉਹਨਾਂ ਕਿਹਾ ਕਿ ਮੇਰੀਆਂ ਟਿੱਪਣੀਆਂ ਸੁਧਾਰ ਵਜੋਂ ਕੀਤੀਆਂ ਜਾਂਦੀਆਂ ਨੇ ਸੁਧਾਰ ਦੇ ਆਧਾਰ ਤੇ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਸਿੱਖਾਂ ਦਾ ਕਮਜ਼ੋਰ ਹੋਣਾ ਪੰਜਾਬ ਤੇ ਮੁਲਕ ਲਈ ਵੱਡੀ ਘਾਟ ਹੈ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਿਆਸਤ ਨਾ ਹੋਈ ਹੁੰਦੀ ਤਾਂ ਹੁਣ ਤੱਕ ਬੰਦੀ ਸਿੰਘ ਰਹਾ ਹੋ ਚੁੱਕੇ ਹੁੰਦੇ ਬੇਅਦਬੀ ਨੂੰ ਲੈ ਕੇ ਵੀ ਜਥੇਦਾਨ ਨੇ ਕਿਹਾ ਕਿ ਕਈ ਵਾਰੀ ਨਿੱਜੀ ਰੰਜਿਸ਼ ਦੀ ਵਜ੍ਹਾ ਕਰਕੇ ਬੇਅਦਬੀ ਦੇ ਮਾਮਲੇ ਆਉਂਦੇ ਨੇ ਤੇ ਬੇਅਦਬੀ ਦੇ ਕੁਝ ਮਾਮਲੇ ਪਿੱਛੇ ਡੂੰਗੀ ਸਾਜ਼ਿਸ਼ ਹੁੰਦੀ ਹੈ ਜਿਸ ਦਾ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਇਹ ਵੀ ਹੋਵੇ ਚਾਹੀਏ ਉਹ ਰਾਜਸਥਾਨ ਦੇ ਵਿੱਚ ਜਿਹੜਾ ਜਿਹੜਾ ਸੈਂਟਰ ਕੋਈ ਛੱਡਦੀ ਹਾਂ ਰਾਜਸਥਾਨੀ ਵੀ ਉਹ ਵੀ ਮਾਰੀ ਆ ਤੇ ਚਾਹੇ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ ਦੇ ਵਿੱਚ ਹੋਵੇ ਟਾਰਗੇਟ ਫਿਲਿੰਗ ਜਿਹੜੀ ਹੈ ਇਹ ਬਿਲਕੁਲ ਹੀ ਮੰਦਭਾਗਾ ਵਰਤਾਰਾ ਹੈ ਔਰ ਇਹਨੂੰ ਖਲ ਬਣੀ ਚਾਹੀਦੀ ਹੈ ਦੋ ਦਿਨ ਪਹਿਲਾਂ ਸਿੱਖਾਂ ਦੇ ਟਾਰਗੇਟ ਕਿਲਿੰਗ ਨੂੰ ਲੈ ਕੇ ਵੀ ਜਥੇਦਾਰ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਸਰਕਾਰਾਂ ਵੀ ਕਿਧਰੇ ਨਾ ਕਿਧਰੇ ਇਹਨਾਂ ਮਾਮਲਿਆਂ ਦੇ ਲਈ ਜ਼ਿੰਮੇਦਾਰ ਨੇ ਅਮਰੀਕਾ ਦੇ ਸਭ ਤੋਂ ਵੱਡੀ ਜਾਂਚ ਏਜੰਸੀ FBI ਯਾਨੀ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕ੍ਰਿਸਟੋਫਰ ਰੇ ਭਾਰਤ ਪਹੁੰਚ ਗਏ ਨੇ ਪਹਿਲਾਂ ਉਹਨਾਂ ਨੇ CBI ਦੇ ਡਾਇਰੈਕਟਰ ਪ੍ਰਵੀਨ ਸੂਦ ਨਾਲ ਮੁਲਾਕਾਤ ਕੀਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੌਰਾ ਸੁਰੱਖਿਆ ਤੇ ਅਤਵਾਦ ਤੇ ਕੇਂਦਰਿਤ ਹੋਵੇਗਾ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਅਮਰੀਕਾ ਦੇ ਨਾਗਰਿਕ ਗੁਰਪਤਵੰਦ ਸਿੰਘ ਪੰਨੂ ਖਿਲਾਫ ਸਾਜ਼ਿਸ਼ ਦਾ ਮਾਮਲਾ ਵੀ ਚੁੱਕੇ ਜਾਣ ਦੀ ਸੰਭਾਵਨਾ ਹੈ ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਨਾਗਰਿਕ ਅਤੇ ਭਾਰਤੀ ਏਜੰਸੀ ਦੇ ਅਧਿਕਾਰੀ ਤੇ ਦੋਸ਼ ਲਾਏ ਸਨ ਉਸ ਸਾਜ਼ਿਸ਼ ਤੇ ਉਸ ਦੀ ਭਾਰਤ ਜਾਂਚ ਵੀ ਕਰ ਰਿਹਾ ਹੈ ਤੇ افਬੀ ਦੇ ਡਾਇਰੈਕਟਰ ਵੱਲੋਂ ਐਨਆਈਏ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਵਿਦੇਸ਼ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਉਹਨਾਂ ਦੇ ਮਨਪਸੰਦ ਤਿੰਨੇ ਮੁਲਕਾਂ ਨੇ ਵੱਡੇ ਝਟਕੇ ਦੇ ਦਿੱਤੇ ਨੇ ਯੂਕੇ ਤੇ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮ ਵਿਦਿਆਰਥੀਆਂ ਦੇ ਲਈ ਸਖਤ ਕਰਨ ਜਾ ਰਿਹਾ ਹੈ ਜੇ ਤੁਸੀਂ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਹੋ ਤਾਂ ਇਹ ਫੈਸਲਾ ਤੁਹਾਡੀਆਂ ਮੁਸ਼ਕਲਾਂ ਵਧਾ ਸਕਦਾ ਹੈ ਆਸਟ੍ਰੇਲੀਆ ਸਰਕਾਰ ਨੇ ਕਿਹਾ ਕਿ ਕਮਾਂਤਰੀ ਵਿਦਿਆਰਥੀ ਅਤੇ ਲੋ ਸਕਿਲਡ ਵਰਕਰਸ ਯਾਨੀ ਇਹ ਘਟ ਹੋ ਨਿਰਮੰਦ ਕਾਮਿਆਂ ਦੇ ਲਈ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਜਾਊਗਾ ਜਿਸ ਤੋਂ ਬਾਅਦ 2 ਸਾਲਾਂ ਦੌਰਾਨ ਪ੍ਰਵਾਸੀਆਂ ਦੀ ਗਿਣਤੀ ਅੱਧੀ ਰਹਿ ਜਾਊਗੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਦੇਸ਼ ਵਿੱਚ ਮਹਿੰਗਾਈ ਵਧ ਗਈ ਹੈ ਆਸਟ੍ਰੇਲੀਆ ਦੇ ਲੋਕਾਂ ਨੂੰ ਸਿਖਲਾਈ ਦੇਣਾ ਕਹਿੰਦੇ ਸਾਡੀ ਸਰ ਜੀ ਹੈ ਸਾਡੀ ਪਹਿਲ ਹੈ ਵਿਦੇਸ਼ੀ ਮੁਲਾਜ਼ਮਾਂ ਨੂੰ ਸੱਦਾ ਦੇਣਾ ਹੁਣ ਸਾਡੇ ਲਈ ਦੂਸਰਾ ਬਦਲ ਹੈ ਪਰ ਇਸ ਨੂੰ ਅਸੀਂ ਘਟਾਵਾਂਗੇ ਪ੍ਰਧਾਨ ਮੰਤਰੀ ਤੋਂ ਇਲਾਵਾ ਗ੍ਰਹਿ ਮਾਮਲਿਆਂ ਦੇ ਮੰਤਰੀ ਓ ਨੀਲ ਨੇ ਕਿਹਾ ਕਿ ਸਰਕਾਰ ਦੇ ਸੁਧਾਰ ਪਹਿਲਾਂ ਹੀ ਵਿਦੇਸ਼ੀ ਮਾਈਗ੍ਰੇਸ਼ਨ ਤੇ ਦਬਾਅ ਪਾ ਰਹੇ ਨੇ ਉਹਨਾਂ ਦੱਸਿਆ ਕਿ ਫੈਸਲਾ 2022-23 ਵਿੱਚ ਇਮੀਗ੍ਰੇਸ਼ਨ ਦੇ ਰਿਕਾਰਡ 5,10,000 ਤੱਕ ਪਹੁੰਚਣ ਦੀ ਵਜ੍ਹਾ ਕਰਕੇ ਲਿਆ ਗਿਆ ਨਵੀਂ ਨੀਤੀ ਤੋਂ ਬਾਅਦ 2024-25 ਤੇ 25-26 ਵਿੱਚ ਅੰਕੜਾ ਡਿੱਗ ਕੇ ਤਕਰੀਬਨ 2.5 ਲੱਖ ਤੱਕ ਪਹੁੰਚ ਜਾਵੇਗਾ ਯਾਨੀ ਕਿ ਅਗਲੇ 2 ਸਾਲਾਂ ਦੇ ਵਿੱਚ 5 ਲੱਖ ਦੀ ਬਜਾਏ ਸਿਰਫ 2.5 ਲੱਖ ਲੋਕਾਂ ਨੂੰ ਹੀ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਮਿਲੇਗੀ ਤੇ ਕੋਵਿਡ ਤੋਂ ਪਹਿਲਾਂ ਵਾਲਾ ਅੰਕੜਾ ਆ ਜਾਵੇਗਾ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਵੀਜ਼ਾ ਨਿਯਮ ਸਖਤ ਕਰਨ ਦੀ ਖਬਰ ਯੂਕੇ ਤੋਂ ਆਈ ਸੀ 5 ਦਸੰਬਰ ਨੂੰ ਰਿਸ਼ੀ ਸੁਨਕ ਦੀ ਸਰਕਾਰ ਨੇ ਵਿਦੇਸ਼ੀ ਕਾਮਿਆਂ ਲਈ ਹੁਨਰ ਆਧਾਰਿਤ ਵੀਜ਼ਾ ਹਾਸਲ ਕਰਨ ਲਈ ਬਹੁਤ ਜ਼ਿਆਦਾ ਤਨਖਾਹ ਸੀਮਾਵਾਂ ਨਿਰਧਾਰਿਤ ਕਰਨ ਤੇ ਪਰਿਵਾਰਕ ਮੈਂਬਰਾਂ ਨੂੰ ਆਸ਼ਰਿਤ ਵਜੋਂ ਲਿਆਉਣ ਤੇ ਪਾਬੰਦੀ ਲਾ ਦਿੱਤੀ ਹੈ ਬਰਤਾਨੀਆ ਦੇ ਗ੍ਰਹਿ ਮੰਤਰੀ ਜੇਮਸ ਜੇਮਸ ਕਲੇਵਰਲੇ ਨੇ ਬ੍ਰਿਟਿਸ਼ ਸੰਸਦ ਦੇ ਹੇਟ ਲਿਸਸਨ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਬਿਆਨ ਦਿੰਦਿਆਂ ਖੁਲਾਸਾ ਕੀਤਾ ਸੀ ਕਿ ਇਸ ਕਾਰਵਾਈ ਦੇ ਤਹਿਤ ਸਿਹਤ ਅਤੇ ਦੇਖਭਾਲ ਦੇ ਵੀਜ਼ੇ ਤੇ ਮੌਜੂਦ ਡਾਕਟਰ ਹੁਣ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਆਪਣੇ ਨਾਲ ਨਹੀਂ ਲਿਆ ਸਕਣਗੇ ਹਨਰਮੰਦ ਵਰਕਰ ਵੀਜ਼ਾ ਰਾਹੀਂ ਬਰਤਾਨੀਆ ਆਉਣ ਦੇ ਲਈ ਅਪਲਾਈ ਕਰਨ ਵਾਲਿਆਂ ਦੀ ਤਨਖਾਹ ਜਿਹੜੀ ਹੱਦ ਹੈ ਉਹ ਮੌਜੂਦਾ 26200 ਬ੍ਰਿਟਿਸ਼ ਪੌਂਡ ਤੋਂ ਵਧਾ ਕੇ 28 38700 ਬ੍ਰਿਟਿਸ਼ ਪੌਂਡ ਕਰ ਦਿੱਤੀ ਜਾਊਗੀ ਜੋ ਇਸ ਸਮੇਂ 18600 ਬ੍ਰਿਟਿਸ਼ ਪੌਂਡ ਹੈ ਯੂਕੇ ਦੇ ਗ੍ਰਹਿ ਦਫ਼ਤਰ ਨੇ ਕਿਹਾ ਸੀ ਕਿ ਇਹ ਕਦਮ ਲਗਭਗ 3 ਲੱਖ ਲੋਕਾਂ ਨੂੰ ਪ੍ਰਭਾਵਿਤ ਕਰੂਗਾ ਤੇ ਫਿਰ 3 ਦਿਨ ਪਹਿਲਾਂ 8 ਦਸੰਬਰ ਨੂੰ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਟਰੂਡੋ ਸਰਕਾਰ ਨੇ ਵੱਡਾ ਝਟਕਾ ਦਿੰਦਿਆਂ ਇੱਕ ਨਵਾਂ ਨਿਯਮ ਬਣਾਉਂਦਾ ਐਲਾਨ ਕੀਤਾ ਕਿ 1 ਜਨਵਰੀ 2024 ਤੋਂ ਵਿਦਿਆਰਥੀ ਜਿਹੜੇ ਆਉਂਦੇ ਨੇ ਕੈਨੇਡਾ ਦੇ ਵਿੱਚ ਪੜਨ ਦੇ ਲਈ ਉਹਨਾਂ ਦੇ ਲਈ ਜਿਹੜੀ ਜਿਹੜੀ ਇੱਕ ਰਕਮ ਦਿਖਾਣੀ ਹੁੰਦੀ ਹੈ ਆਪਣੇ ਖਾਤੇ ਵਿੱਚ ਉਹ ਦੁੱਗਣੀ ਕਰ ਦਿੱਤੀ ਗਈ ਹੈ ਮਜ਼ਬੂਤ ਫਾਈਨੈਂਸ਼ੀਅਲ ਬੈਕਗਰਾਉਂਡ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਪਹਿਲਾਂ 10000 ਦੇ ਕਰੀਬ ਡਾਲਰ ਦਿਖਾਉਣੇ ਪੈਂਦੇ ਸੀ ਹੁਣ 20635 ਡਾਲਰ ਦਿਖਾਉਣੇ ਪੈਣਗੇ ਇਸ ਦੇ ਨਾਲ ਹੀ ਕੰਮ ਦੇ ਘੰਟੇ ਨੇ ਉਹ 20 ਹੀ ਪੱਕੇ ਫਿਕਸ ਕਰ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਵਿਦਿਆਰਥੀ ਵੀਜ਼ਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਘਟਾਈ ਜਾਵੇਗੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿਰੋਧੀਆਂ ਦੇ ਨਿਸ਼ਾਨੇ ਲਗਾਤਾਰ ਜਾਰੀ ਨੇ ਕਿਸੇ ਵੀ ਸੂਬੇ ਦੇ ਵਿੱਚ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਹੀ ਗੱਲ ਕਰ ਲਈਏ ਕੋਈ ਵੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਅਕਾਲੀ, ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਖਿੱਚੀ ਰੱਖਦੇ ਸੀ ਅਕਾਲੀਆਂ ਦੀ ਸਰਕਾਰ ਹੁੰਦੀ ਸੀ ਤਾਂ ਕਾਂਗਰਸ ਖਿੱਚੀ ਰੱਖਦੀ ਸੀ ਉਹਦੋਂ ਆਮ ਆਦਮੀ ਪਾਰਟੀ ਦਾ ਇਹ ਨਾ ਆਧਾਰ ਨਹੀਂ ਸੀ ਤੇ ਹੁਣ ਆਮ ਆਦਮੀ ਪਾਰਟੀ ਹੈ ਤਾਂ ਜ਼ਾਹਿਰ ਤੌਰ ਤੇ ਵਿਰੋਧੀ ਪਾਰਟੀਆਂ ਵਾਲੇ ਨੇ ਜਿਹੜੇ ਉਹ ਲਗਾਤਾਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਨੇ ਹੁਣ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਨੇ ਤੇ ਮਜੀਠੀਆ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਖੁਲਾਸੇ ਕੀਤੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਵਿਕਰਮ ਸਿੰਘ ਮਜੀਠੀਆ ਨੇ ਖੁਦ ਆਪਣੇ ਖਿਲਾਫ ਕਾਰਵਾਈ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਕਹਿੰਦੇ ਮੈਨੂੰ ਕਾਫੀ ਉਡੀਕ ਸੀ ਇਸ ਗੱਲ ਦੀ ਕਿ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ ਦੁੱਖ ਦੀ ਗੱਲ ਹੈ ਕਿ ਇਹ ਜਿਹੜੀ ਉਡੀਕ ਖਤਮ ਕੀਤੀ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਦੀ ਪੁਲਿਸ ਵੱਲੋਂ ਹੋਈ ਆ ਪਰ ਕਹਿੰਦੇ ਮਾਨ ਨੂੰ ਤਸੱਲੀ ਜ਼ਰੂਰ ਹੋਈ ਕਿ ਮਾਨ ਸਾਹਿਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ ਠਾ ਜਾ ਕੇ ਵੱਜੀ ਪਰ ਕਹਿੰਦੇ ਸਵਾਦ ਮਿੱਤਰਾ ਤਾਂ ਆਉਂਦਾ ਜੇ ਤੂੰ ਸਿੱਧਾ ਸੱਦਿਆ ਹੁੰਦਾ ਤੇ ਫਿਰ ਆਪਾਂ ਦੋਵੇਂ ਦੋ ਦੋ ਹੱਥ ਕਰਦੇ ਮਜੀਠੀਆ ਨੇ ਦਾਵਾ ਕੀਤਾ ਕਿ ਡੀਜੀਪੀ ਦੇ ਦਫਤਰ ਦਾ ਤੁਸੀਂ ਕਮਰਾ ਵਰਤੇ ਆ ਤੁਸੀਂ ਮੇਰੀ ਧਰਮ ਪਤਨੀ ਦੇ ਖਿਲਾਫ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਵਿੱਚ ਮੁੱਖ ਮੰਤਰੀ ਦਫਤਰ ਦੇ ਬਲਤੇਜ ਪੰਨੂ ਸਾਰੇ ਪ੍ਰੋਡਿਊਸਰ ਤੇ ਡਾਇਰੈਕਟਰ ਨੇ ਤੇ ਉਹਨਾਂ ਤੇ ਹਾਈ ਕੋਰਟ ਨੇ ਸਟੇ ਲਾ ਦਿੱਤੀ ਹੈ ਸੋ ਵਿਕਰਮਜੀਠੀਆ ਕੀ ਕਹਿ ਰਹੇ ਨੇ ਜ਼ਰੂਰ ਸੁਣਦੇ ਆ ਜਿਨ੍ਹਾਂ ਨੂੰ ਤੂੰ ਰਾਤ ਦੇ ਨੇਰੇ ਮਿਲਦਾ ਰਿਹਾ ਜਾਂ ਮਿਲ ਕੇ ਸੌਦੇਬਾਜ਼ੀ ਕਰਦਾ ਰਿਹਾ ਨਾ ਤੇਰੇ ਨਾਲ ਕੋਈ ਸੌਦਾ ਠੋਕ ਕੇ ਗੱਲ ਕਰੂੰ ਅੱਜ ਵੀ ਕਰੂੰ ਕੱਲ ਵੀ ਕਰੂੰ ਪਰਸੋਂ ਵੀ ਕਰੂੰ ਔਰ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਲਈ ਪਵਿੱਤਰ ਹਾਂ ਇਹ ਵੀ ਮੈਂ ਸਮਝ ਸਕਦਾ ਮਜਬੂਰੀ ਕੀ ਹੈ ਆ ਹੱਤ ਕੰਡੇ ਕਿਸੇ ਪੁਰਸ਼ ਨੂੰ ਵਰਤਨਾ ਕਿਸੇ ਹੋਰ ਜਨਛਣੀ ਨੂੰ ਵਰਤਨਾ ਕਿ ਕਿਤੇ ਤੁਸੀਂ ਦੱਬ ਲੋਗੇ ਦੱਬਣਾ ਤਾਂ ਭਾਉ ਤੈਨੂੰ ਮੈਂ ਓਟਕਾ ਕੇ ਦੱਬੂ ਜਿਵੇਂ ਤੂੰ ਲੋਕਾਂ ਨੂੰ ਦੱਬਨ ਨੂੰ ਫਿਰਦਾ ਮੀਡੀਆ ਨੂੰ ਤੁਸੀਂ ਗਾਇਕ ਕਰ ਛੱਡਿਆ ਮੀਡੀਆ 'ਚ ਤੁਸੀਂ ਖਬਰ ਨਹੀਂ ਲੱਗਣ ਦਿੰਦੇ ਜੇ ਕੋਈ ਲਾ ਦਿੰਦਾ ਤੇ ਉੱਤੇ ਪਰਚਾ ਕਰ ਦਿੰਦੇ ਉਹ ਕੱਲ ਵੀ ਲੋਕਾਂ ਨੂੰ ਪਤਾ ਹੀ ਆ ਕਿਵੇਂ ਡੀਜੀਪੀ ਸਾਹਿਬ ਦਾ ਦਫਤਰ ਵਰਤਿਆ ਗਿਆ ਖਬਰਾਂ ਰੋਕਣ ਵਾਸਤੇ ਚਲੋ ਉਹ ਗੱਲ ਵੱਖਰੀ ਹੈ ਇੱਕ ਤਲਾਹ ਦੇਣੀ ਸੀ ਬ੍ਰੇਕਿੰਗ ਨਿਊਜ਼ ਮਗਰ ਦੋ ਕੇਸ ਗੱਲ ਦਾ ਕਿ ਸੱਦਾ ਪੱਤਰ ਮੁੱਖ ਮੰਤਰੀ ਵੱਲੋਂ ਨਹੀਂ ਆਇਆ ਜਿਹੜੀ ਮੈਨੂੰ ਆਸ ਸੀ ਕਿ ਆਊਗੀ ਔਰ ਮੈਂ ਉਡੀਕ ਕਰਦਾ ਚੀਏ ਜੀ ਦੋ ਦਿਨ ਲੇਟ ਹੋ ਗਏ ਕੱਲ ਬੜੀਆਂ ਮੀਟਿੰਗਾਂ ਸ਼ੀਟੀਆਂ ਕੀਤੀਆਂ ਧੱਕੇ ਵੀ ਮਾਰੇ ਗਏ ਕਿ ਸੱਦੋ ਭਾਈ ਉਹਨੂੰ ਸੱਦੋ ਅਈ ਧੱਕੇ ਵਾਲੀ ਤਾਂ ਲੋਟ ਨਹੀਂ ਤੂੰ ਸਰ ਮੁੱਖ ਮੰਤਰੀ ਆਂ ਤੇਰਾ ਆਰਡਰ ਚੱਲਣਾ ਅਸੀਂ ਆਵਾਂਗੇ ਠੋਕ ਵਜਾ ਕੇ ਆਵਾਂਗੇ ਔਰ ਤੇਰਾ ਪਰਦਾ ਕੋਸ਼ ਕਰਾਂਗੇ ਵਿਕਰਮ ਸਿੰਘ ਮਜੀਠੀਆ ਨੇ ਫੇਰ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਜਾਇਜ਼ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਲਾਏ ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲਾਂ ਦੀ ਛੜੀ ਲਾ ਦਿੱਤੀ ਦੋਵੇਂ ਲੀਡਰਾਂ ਨੇ ਇੱਕੋ ਹੀ ਵੀਡੀਓ ਸਾਂਝੀ ਕੀਤੀ ਹੈ ਤੇ ਸਿੱਧੂ ਨੇ ਪੁੱਛਿਆ ਕਿ ਬਾਕੀ ਸੂਬਿਆਂ ਆਂਧਰਾ ਪ੍ਰਦੇਸ਼ 4000 ਤੋਂ 4500 ਕਰੋੜ ਰੁਪਏ ਕਮਾਰੇ ਨੇ ਤੇਲੰਗਾਨਾ 3500 ਤੋਂ 4000 ਪਰ ਪੰਜਾਬ ਦੇ ਵਿੱਚ ਇਹ ਜਿਹੜਾ ਮਾਲੀਆ ਹੈ ਮਾਈਨਿੰਗ ਤੋਂ ਹੋਣ ਵਾਲਾ 200 ਕਰੋੜ ਰਹਿ ਗਿਆ ਹੈ ਕਿ ਤੁਹਾਨੂੰ ਆਪਣੇ ਸੁਪਰੀਮੋ ਦੇ ਵਾਦੇ ਯਾਦ ਨੇ ਜਿਹੜੇ ਕਹਿੰਦੇ ਸੀ ਕਿ 20000 ਕਰੋੜ ਅਸੀਂ ਕਮਾ ਕੇ ਦਿਖਾਵਾਂਗੇ ਉਹਦੇ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਕੱਢੀ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਸੂਬਾ ਸਰਕਾਰਾਂ ਦੀ ਨਲਾਇਕੀ ਜਾਂ ਕਿਸੇ ਹੋਰ ਕਾਰਨ ਕਰਕੇ ਨਾ ਪਹੁੰਚਣ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਇਹਨਾਂ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਦੀ ਜਾਣਕਾਰੀ ਲੋਕਾਂ ਨੂੰ ਦੇਣ ਦੇ ਲਈ ਅਸੀਂ ਇਹ ਯਾਤਰਾ ਸ਼ੁਰੂ ਕੀ ਕੀਤੀ ਹੈ ਕਿ ਹਰੇਕ ਪਿੰਡ ਦੇ ਅੰਦਰ ਜਿਹੜੀ ਮਹਿਲਾਵਾਂ ਹੈ ਉਹਨਾਂ ਨੂੰ ਆ ਡਰੋਨ 80 ਫੀਸਦੀ ਦੀ ਤਾਂ ਕਰ ਰੱਖਿਆ ਪਰ ਮੇਰਾ ਮੰਨਣਾ ਹੈ ਵੀ ਜਦੋਂ ਪਏ ਦੇ ਪ੍ਰੋਡਕਸ਼ਨ ਵਧ ਕੇ ਪਿੰਡਾਂ ਤੇ ਪਹੁੰਚੇ ਆ ਮੇਰੇ ਖਿਆਲ ਤੋਂ ਸ਼ਾਇਦ ਫ੍ਰੀ ਨਾ ਕਰ ਦੇਣ ਸਾਰੀ ਮਹਿਲਾਵਾਂ ਨੂੰ ਕਿ ਆ ਡਰੋਨ ਲਓ ਟ੍ਰੇਨਿੰਗ ਦੇਣਗੇ ਪਾਇਲਟ ਬਣਾਣਗੇ ਉਹਨਾਂ ਨੂੰ ਇਹਦੇ ਡਰੋਨ ਦਾ ਪਾਇਲਟ ਬਣਾ ਕੇ ਵੀ ਉਹ ਜਾ ਕੇ ਕਿਰਾਏ ਦੇ ਉੱਤੇ ਆ ਡਰੋਨ ਕੀਤਾ ਦੇ ਜਾਨਾਂ ਨੂੰ ਫਾਇਦਾ ਮਹਿਲਾਵਾਂ ਨੂੰ ਫਾਇਦਾ ਦਿਸ ਇਜ਼ ਦਾ ਰੀਅਲ ਏਮਪਾਵਰਮੈਂਟ ਜਿਹਨ ਕਹਨੇ ਮਹਿਲਾ ਸਸ਼ਕਤੀਕਰਨ ਬਿਨਾ ਪੈਸੇ ਦੇ ਕਾਹਦਾ ਸਸ਼ਕਤੀਕਰਨ ਨਾਲ ਜਿਉਂ ਨਹੀਂ ਘਰਾੜੇ ਕਰਨੀ ਉਹ ਗਨੀ ਦੇਖਣਾ ਹੈ ਤੇ ਅੱਜ ਕੱਲ ਤਾਂ ਖਬਰ ਆ ਰਹੀ ਹੈ ਵੀ ਦਾਰੂ ਪੀਂਦੀ ਕਿ ਮੁਫਤੀ ਦਾਰੂ ਸਸਤੀ ਦਾਰੂ ਆਪਸੇ ਝਗੜੇ ਹੁੰਦੇ ਕਿਉਂਕਿ ਕਮਾਂਡ ਆ ਉਹ ਜਦੋਂ ਮਹਿਲਾਵਾਂ ਕਮਾਂਡ ਲੱਗੀਆਂ ਤੇ ਉਹਦਾ ਬੈਨੀਫਿਟ ਮੈਂ ਸਮਝਦਾ ਅਸਲ ਵਿਕਸਿਤ ਭਾਰਤ ਉਹਦਾ ਹੋਊਗਾ ਉਹਦੇ ਕਰਕੇ ਐ ਸਕੀਮ ਹੈ ਮੈਂ ਬਾਰੀਆਂ ਪ੍ਰਧਾਨ ਮੰਤਰੀ ਜੀ ਦਾ ਵੀ ਜੀਪੀ ਡੀਆਰਡੀ ਵੀਡੀ ਸਕੀਮ ਹੈ ਜਿਹੜੀ ਪਿੰਡੋਂ ਪਿੰਡ ਲੈ ਕੇ ਚੱਲੇ ਆ ਪੂਰੇ ਪੰਜਾਬ ਦੇ ਹਰੇਕ ਪਿੰਡ 'ਚ ਜਾ ਕੇ ਇਸ ਗੱਲ ਦਾ ਅਸੀਂ ਸੁਨੇਹਾ ਲਾਵਾਂਗੇ ਇਹਨਾਂ ਨਾਲ ਲੋਕਾਂ ਨੂੰ ਜਾਗਰੂਕਤਾ ਹੋਵੇ ਤੇ ਲੋਕਾਂ ਦਾ ਫਾਇਦਾ ਹੋਵੇ। ਪੰਜਾਬ ਦੇ ਗੁਰਦਾਸਪੁਰ ਤੋਂ ਐਮਪੀ ਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੇ ਪੰਜਾਬ ਦੇ ਵਿੱਚ ਇੱਕ ਵਾਰ ਮੁਰਦ ਤੋਂ ਲਾਪਤਾ ਹੋਣ ਦੇ ਪੋਸਟਰ ਲੱਗ ਗਏ ਨੇ। ਇੰਨਾ ਹੀ ਨਹੀਂ ਸਨੀ ਦਿਓਲ ਨੂੰ ਲੱਭਣ ਅਤੇ ਫੜ ਕੇ ਲਿਆਉਣ ਵਾਲੇ ਨੂੰ 50,000 ਰੁਪਏ ਦਾ ਇਨਾਮ ਵੀ ਦਿੱਤੇ ਜਾਂਦਾ ਐਲਾਨ ਕੀਤਾ ਗਿਆ ਹੈ ਤੇ ਪਹਿਲੀ ਵਾਰੀ ਨਹੀਂ ਹੈ ਜਦੋਂ ਸਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਨੇ। ਪਹਿਲਾਂ ਵੀ ਕਈ ਵਾਰੀ ਲੱਗ ਚੁੱਕੇ ਨੇ ਕਿਉਂਕਿ ਗੁਰਦਾਸਪੁਰ ਦੇ ਲੋਕਾਂ ਦਾ ਭਰੋਸਾ ਲੈ ਕੇ ਵੋਟਾਂ ਪਵਾ ਕੇ ਸਨੀ ਦਿਓਲ ਨਾ ਤਾਂ ਇਲਾਕੇ 'ਚ ਵੜਦੇ ਨੇ ਨਾ ਨੇ ਲੋਕ ਸਭਾ ਦੇ ਵਿੱਚ ਜਾਂਦੇ ਨੇ 650 ਕਰੋੜ ਰੁਪਏ ਕਮਾ ਚੁੱਕੀ ਬਾਲੀਵੁੱਡ ਫਿਲਮ ਐਨੀਮਲ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਵੀਰ ਮੁਹੰਮਦ ਨੇ ਇਲਜ਼ਾਮ ਲਾਇਆ ਕਿ ਅਦਾਕਾਰ ਰਣਵੀਰ ਕਪੂਰ ਇੱਕ ਗੁਰਸਿੱਖ ਤੇ ਸਿਗਰਟ ਦਾ ਧੂਆ ਫੂਕ ਰਿਹਾ ਹੈ ਇੱਕ ਹੋਰ ਸੀਨ ਦੇ ਵਿੱਚੋਂ ਗੁਰਸਿੱਖ ਦੀ ਦਾੜੀ ਤੇ ਚਾਕੂ ਰੱਖ ਰਿਹਾ ਹੈ ਤੇ ਇਸ ਸੰਬੰਧੀ ਫੈਡਰੇਸ਼ਨ ਨੇ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਫਿਲਮ ਚੋਂ ਦੋਵੇਂ ਵਿਵਾਦਿਤ ਦ੍ਰਿਸ਼ ਹਟਾਉਣ ਦੀ ਮੰਗ ਕੀਤੀ ਗਈ ਹੈ ਤੇ ਫਿਲਮ ਦੇ ਮਸ਼ਹੂਰ ਗੀਤ ਅਰਜਨ ਵੈਲੀ ਤੇ ਵੀ ਸਿੱਖ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟਾਇਆ ਹੈ ਕਿ ਫਿਲਮ ਦੇ ਵਿੱਚ ਅਰਜਨ ਵੈਲੀ ਗੀਤ ਨੂੰ ਗੁੰਡਾ ਤੇ ਗੈਂਗਵਾਰ ਦੇ ਲਈ ਵਰਤਿਆ ਗਿਆ ਭਾਵੇਂ ਉਹ ਇੱਕ ਲੜਾਕੂ ਸੀ ਪਰ ਅਜਹ ਨਹੀਂ ਸੀ ਕੁਝ ਦਿਨ ਪਹਿਲਾਂ ਕਾਂਗਰਸ ਦੀ ਮੈਲਾ ਐਮਪੀ ਰੰਜੀਤਾ ਰੰਜਨ ਨੇ ਵੀ ਰਾਜ ਸਭਾ ਦੇ ਵਿੱਚ ਐਨੀਮਲ ਫਿਲਮ ਤੇ ਸਵਾਲ ਚੁੱਕੇ ਨੇ ਕਿਹਾ ਸੀ ਕਿ ਮੇਰੀ ਧੀ ਤੇ ਉਸਦੇ ਦੋਸਤ ਅੱਧੀ ਫਿਲਮ ਦੇਖ ਕੇ ਵਾਪਸ ਆ ਗਏ ਤੇ ਰੋਣ ਲੱਗੇ ਕਿ ਔਰਤਾਂ ਖਿਲਾਫ ਹਿੰਸਾ ਵਿਖਾਈ ਗਈ ਹੈ ਤੇ ਉਸ ਨੂੰ ਸਹੀ ਦੱਸਣਾ ਸਮਾਜ ਨੂੰ ਗਲਤ ਸੁਨੇਹਾ ਦੇਣ ਵਰਗਾ ਹੈ ਉਹਨਾਂ ਕਿਹਾ ਸੀ ਕਿ ਹਰੀ ਸਿੰਘ ਨਲੂਆ ਦੇ ਬਹਾਦਰੀ ਵਾਲੇ ਗਾਣੇ ਫੜ ਕੇ ਗੰਡਾਸੀ ਮਾਰੀ ਨੂੰ ਵੀ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਫੌਰਨ ਐਕਸ਼ਨ ਲਿਆ ਜਾਵੇ ਮੈਂ ਆਪਕੋ ਕਹਿ ਨਹੀਂ ਪਾਉਂਗੀ ਕਿ ਮੇਰੇ ਬੇਟੀ ਕੇ ਸਾਥ ਵੀ ਬਹੁਤ ਸਾਰੀ ਬੱਚੀਆਂ ਥੀ ਜੋ ਕਾਲਜ ਮੇ ਪੜਤੀ ਹੈ ਸੈਕੰਡ ਇਅਰ ਮੇ ਪੜਤੀ ਹੈ ਆਧੇ ਪਿਕਚਰ ਮੇ ਉੱਟ ਕੇ ਰੋ ਕੇ ਚਲੀ ਗਈ ਦੂਸਰਾ युवाओं पे सभापति जी बहुत सारे ऐसे एग्जाम्पल्स हैं कि इन पिक्चरों का इन वायलेंस का और गलत नेगेटिव रोल को हीरो की तरह पेश करने में हमारे आज के खासकर ग्यारहवीं और बारहवीं के बच्चे इनको रोल मॉडल मानने लगे हैं कई इस तरह की हिंसा हमें समाज में देखने को मिल रही है जो एग्जाम्पल और जो उदाहरण वो पिक्चरों से लेकर आते हैं तीसरा उच्च कोटि का इतिहास है पंजाब का हरी सिंह नलवा का उसमें एक गाना है कि फड़ के गंडासी मारी अर्जन वैली ने यह इतिहास को एक गैंगवार में दो परिवारों की नफरत की लड़ाई में जिसका बेटा अपने बाप के प्यार के लिए मरता हुआ या बिल्कुल उसके लिए वो भी जस्टिफाई नहीं कर पाई है ये पिक्चर और उसमें वो सरेआम हॉस्टल में कॉलेज में बिल्डिंग्स में बड़े बड़े हथियार लेकर मारता है और कोई कानून ਰਾਜਸਥਾਨ ਦੇ ਜੈਪੁਰ ਦੇ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੁੱਗਾ ਮੇੜੀ ਨੂੰ ਖਤਮ ਕਰਨ ਵਾਲੇ ਸ਼ੂਟਰਾਂ ਦੇ ਸੰਬੰਧ ਹੁਣ ਸਾਬਜ਼ਾਦਾ ਜੀਤ ਸਿੰਘ ਨਗਰ ਮੁਹਾਲੀ ਦੇ ਨਾਲ ਜੁਟ ਰਹੇ ਨੇ 28 ਨਵੰਬਰ ਨੂੰ ਸੁਹਾਣਾ ਥਾਣੇ ਦੀ ਪੈਂਦੀ ਹਰਪੰਨ ਸੁਸਾਇਟੀ ਤੋਂ 400 ਮੀਟਰ ਦੂਰ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ ਤੇ ਸਵਿਫਟ ਕਾਰ ਲੁੱਟੀ ਸੀ ਕੈਪ ਡਰਾਈਵਰ ਦੇ ਮੁਤਾਬਕ ਗੁੱਗਾ ਮੇੜੀ ਦੇ ਦੋਵੇਂ ਜਿਹੜੇ ਕਾਤਲ ਨੇ ਨਿਤਿੰਤ ਤੇ ਰੋਹਿਤ ਉਹਨਾਂ ਨੇ ਹੀ ਉਸਦੀ ਟੈਕਸੀ ਤੇ 10000 ਲੁੱਟੇ ਸਨ ਸ਼ੂਟਰਾਂ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੀੜਤ ਡਰਾਈਵਰ ਨੇ ਇਹਨਾਂ ਦੇ ਚਿਹਰੇ ਪਛਾਣ ਲਿਆ ਇਹ ਦਾਵਾ ਕੀਤਾ ਹੈ ਡਰਾਈਵਰ ਦੀ ਸ਼ਿਕਾਇਤ ਤੇ 28 ਨਵੰਬਰ ਨੂੰ ਸੁਹਣਾਣਾ ਥਾਣੇ ਚ ਐਫ ਆਰ ਦਰਜ ਕੀਤੀ ਗਈ ਸੀ ਪਰ ਹਾਲੇ ਤੱਕ ਪੁਲਿਸ ਟੈਕਸੀ ਦਾ ਪਤਾ ਨਹੀਂ ਲਾ ਸકી ਪੰਜਾਬ ਨਾਲ ਲੱਗਦੀ ਭਾਰਤ ਪਾਕਿਸਤਾਨ ਸਰਹੱਦ ਤੇ ਡਰੋਨਾਂ ਦੀ ਗਿਣਤੀ ਵਿੱਚ 1 ਸਾਲ ਦੇ ਅੰਦਰ 4 ਗੁਣਾ ਵਾਧਾ ਹੋਇਆ ਹੈ ਇਹ ਖੁਲਾਸਾ ਸਪੈਸ਼ਲ ਡੀਜੀ ਵੈਸਟਰਨ ਕਮਾਂਡ ਯੋਗੇਸ਼ ਬਹਾਦਰ ਖ ਚੰਡੀਗੜ੍ਹ ਦੇ ਵਿੱਚ ਕੀਤਾ ਹੈ ਉਹਨਾਂ ਕਿਹਾ ਕਿ ਬੀਐਸਐਫ ਨੇ ਪੰਜਾਬ ਦੇ ਵਿੱਚ 1 ਸਾਲ ਦੇ ਅੰਦਰ ਪਾਕਿਸਤਾਨ ਤੋਂ ਆਏ 95 ਡਰੋਨ ਬਰਾਮਦ ਕੀਤੇ ਨੇ 87 ਡਰੋਨ ਬਾਰਡਰ ਤੇ ਫੜੇ ਗਏ ਨੇ ਜਲਦਕੇ 2021 ਦੇ ਵਿੱਚ 21 ਡਰੋਨ ਬੀਐਸਐਫ ਨੇ ਪੰਜਾਬ ਦੀ ਸਰਹੱਦ ਤੇ ਫੜੇ ਸਨ ਯਾਨੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ 4 ਗੁਣਾ ਵੱਧ ਫੜੇ ਗਏ ਨੇ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਪਿਛਲੇ 27 ਦਿਨਾਂ ਤੋਂ ਜ਼ੇਰੇ ਇਲਾਜ ਹਰਪ੍ਰੀਤ ਕੌਰ ਦੀ ਆਖਰਕਾਰ ਜਾਨ ਚਲੀ ਗਈ ਹੈ ਉਸ ਨੂੰ ਇੱਕ ਔਰਤ ਨੇ ਨਰਸ ਦੇ ਭੇਸ 'ਚ ਆਕੇ ਟੀਕਾ ਲਾ ਦਿੱਤਾ ਸੀ ਪੀਜੀਆਈ ਦੇ ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ ਬਾਅਦ 27 ਦਿਨ ਜ਼ਿੰਦਗੀ ਤੇ ਮੌਤ ਨਾਲ ਲੜਦੀ ਲੜਦੀ ਆਖਰਕਾਰ ਉਹ ਜ਼ਿੰਦਗੀ ਤੋਂ ਹਾਰ ਗਈ ਹੈ ਉਸ ਨੂੰ ਜ਼ਹਿਰੀਲਾ ਟੀਕਾ ਲਾਉਣ ਦੀ ਸਾਜਿਸ਼ ਉਸ ਦੇ ਆਪਣੇ ਭਰਾ ਨੇ ਹੀ ਰਚੀ ਸੀ ਕਿਉਂਕਿ ਉਹ ਆਪਣੀ ਭੈਣ ਹਰਪ੍ਰੀਤ ਕੌਰ ਦੇ ਪ੍ਰੇਮ ਵਿਆਹ ਤੋਂ ਖਫਾ ਸੀ ਪੁਲਿਸ ਨੇ ਟੀਕਾ ਲਾਉਣ ਵਾਲੀ ਨਰਸ ਕੁੜੀ ਦੇ ਭਰਾ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਹੁਣ ਇਸ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ ਪਟਿਆਲਾ ਸਥਿਤ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ ਵਿੱਚ ਐਤਵਾਰ ਰਾਤ ਨੂੰ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਸਥਾਨਕ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿਉਂਕਿ ਇੱਥੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਚੱਲ ਰਿਹਾ ਸੀ ਜਿਸ ਨੂੰ ਪੁਲਿਸ ਨੇ ਅਧ ਦੇ ਵਿਚਾਲੇ ਰੋਕਿਆ ਦਾ ਪੁਲਿਸ ਨੇ ਕਹਿਣ ਤੇ ਸਤਿੰਦਰ ਸਰਤਾਜ ਨੇ ਵੀ ਸ਼ੋਅ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਕਿਹਾ ਕਿ ਪੁਲਿਸ ਨੇ ਸ਼ੋਅ ਬੰਦ ਕਰਨ ਨੂੰ ਕਿਹਾ ਤੇ ਉਹਨਾਂ ਨੇ ਵੀ ਅਧ ਵਿਚਾਲੇ ਸ਼ੋਅ ਰੋਕਣ ਦੇ ਲਈ ਵਿਦਿਆਰਥੀਆਂ ਤੋਂ ਮਾਫੀ ਮੰਗੀ ਕਿਆ ਕਿ ਫੇਰ ਕਦੇ ਆਉਣਗੇ ਸ਼ੋਅ ਬੰਦ ਹੋਣ ਤੇ ਵਿਦਿਆਰਥੀਆਂ ਸਮੇਤ ਆਮ ਲੋਕ ਕਾਫੀ ਭੜਕ ਗਏ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ ਪੁਲਿਸ ਦਾ ਜਿਹੜਾ ਆਪਣਾ ਪੱਖ ਹੈ ਕਿ ਸ਼ੋਅ ਦਾ ਸਮਾਂ 7 ਤੋਂ 10 ਵਜੇ ਤੱਕ ਸੀ ਪਰ ਸ਼ੋਅ 10:30 ਤੱਕ ਚੱਲ ਰਿਹਾ ਸੀ ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ਤੇ ਆਗੇ ਸ਼ੋਅ ਬੰਦ ਕਰਨ ਦੀ ਬੇਨਤੀ ਕੀਤੀ ਜਿਸ ਤੇ ਸਰਤਾਜ ਨੇ ਹਾਮੀ ਭਰਦਿਆਂ ਸ਼ੋਅ ਬੰਦ ਕਰ ਦਿੱਤਾ ਤੇ ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੂਸਰੇ ਪਾਸੇ ਵਿਦਿਆਰਥੀਆਂ ਨੇ ਇਸ ਦਾ ਹੋਰ ਪੱਖ ਦੱਸਿਆ ਹੈ ਕਿ ਪ੍ਰਸ਼ਾਸਨ ਦੇ ਨਾਲ ਪੁਲਿਸ ਦੀ ਕਿਸੇ ਤਰੀਕੇ ਕੋਈ ਅੰਦਰ ਖਾਤੇ ਗੱਲਬਾਤ ਹੋ ਗਈ ਸੀ ਇਸ ਕਰਕੇ ਸ਼ੋਰ ਨੂੰ ਰੁਕਵਾਇਆ ਗਿਆ ਕਿਉਂਕਿ ਮਿੱਥੇ ਸਮੇਂ ਨਾਲੋਂ ਥੋੜਾ ਬਹੁਤ ਵੱਧ ਸਮਾਂ ਦਾ ਆਮ ਹੋ ਹੀ ਜਾਂਦਾ ਹੈ ਉਹ ਵੀ ਪੰਜਾਬ ਦੇ ਵਿੱਚ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਭਾਰਤ ਦੀ ਅੱਜ ਦੀ ਸਭ ਤੋਂ ਵੱਡੀ ਖਬਰ ਕਸ਼ਮੀਰ ਦੇ ਵਿੱਚ ਧਾਰਾ 370 ਰੱਦ ਕੀਤੇ ਜਾਣ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਸਹੀ ਦੱਸਦਿਆਂ ਬਰਕਰਾਰ ਰੱਖਿਆ ਤੇ ਕਿਹਾ ਕਿ ਅਗਲੇ ਸਾਲ 30 30 ਸਤੰਬਰ ਤੱਕ ਯਾਨੀ ਕਿ 30 ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਜ਼ਰੂਰ ਕਰਵਾਈਆਂ ਜਾਣੋਂ ਦੇ ਲਈ ਕਦਮ ਚੁੱਕੇ ਜਾਣ ਚੀਫ ਜਸਟਿਸ ਡੀワイ ਚੰਦਰ ਚੋੜੀ ਅਗਵਾਈ ਹੇਠਲੇ ਸੰਵਿਧਾਨਿਕ ਬੈਂਚ ਦੇ ਵਿੱਚ ਜਸਟਿਸ ਬੀਆਰ ਗਵਈ ਜਸਟਿਸ ਸੂਰੀਆ ਕਾਂਤ ਸੰਜੀਵ ਕ੍ਰਿਸ਼ਨਕੋਲ ਤੇ ਸੰਜੀਵ ਖੰਨਾ ਸ਼ਾਮਿਲ ਸਨ ਚੀਫ ਜਸਟਿਸ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੰਵਿਧਾਨ ਦੀ ਧਾਰਾ 370 ਅਸਥਾਈ ਵਿਵਸਥਾ ਸੀ ਰਾਸ਼ਟਰਪਤੀ ਕੋਲ ਇਸ ਨੂੰ ਰੱਦ ਕਰਨ ਦਾ ਅਧਿਕਾਰ ਹੈ ਸਿਖਰਲੀ ਅਦਾਲਤ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲद्दाख ਨੂੰ ਜੰਮੂ ਕਸ਼ਮੀਰ ਤੋਂ ਵੱਖ ਕਰਨ ਦੇ ਅਗਸਤ 2019 ਦੇ ਫੈਸਲੇ ਦੀ ਵੈਧਤਾ ਨੂੰ ਵੀ ਬਰਕਰਾਰ ਰੱਖਿਆ ਜਸਟਿਸ ਚੰਦਰ ਚੂੜ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਪੁਰਾਣੇ ਸੂਬੇ ਦੀ ਦੇਸ਼ ਦੇ ਦੂਸਰੇ ਸੂਬਿਆਂ ਦੇ ਉਲਟ ਅੰਦਰੂਨੀ ਪ੍ਰਭੂ ਸੱਤਾ ਨਹੀਂ ਸੀ ਸੋ ਇਸ ਤੇ ਹੁਣ ਵੱਡੇ ਵੱਡੇ ਰਿਐਕਸ਼ਨ ਵੀ ਆਏ ਨੇ ਕਿਉਂਕਿ ਫੈਸਲਾ ਹੀ ਬਹੁਤ ਵੱਡਾ ਸੀ ਲਗਾਤਾਰ ਜਿਹੜੀ ਐ ਇਸ ਤੇ ਸੁਣਵਾਈ ਚੱਲੀ ਤੇ ਅੱਜ ਫੈਸਲਾ ਅਦਾਲਤ ਨੇ ਸੁਣਾ ਹੀ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਗੋਬਾਗ ਨੇ ਉਹਨਾਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਿਕ ਹੈ ਇਹ 5 ਅਗਸਤ 2019 ਦੇ ਸੰਸਦ ਦੇ ਫੈਸਲੇ ਨੂੰ ਸੰਵਿਧਾਨਿਕ ਤੌਰ ਤੇ ਬਰਕਰਾਰ ਰੱਖਣ ਵਾਲਾ ਕਹਿੰਦੇ ਜੰਮੂ ਕਸ਼ਮੀਰ ਤੇ ਲਦਾਖ ਦੇ ਲੋਕਾਂ ਨੂੰ ਮੈਂ ਭਰੋਸਾ ਦਿੰਦਾ ਕਿ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਵਚਨਬੱਧ ਹੈ ਤੇ ਫੈਸਲਾ ਜੰਮੂ ਕਸ਼ਮੀਰ ਤੇ ਲਦਾਖ ਵਿੱਚ ਸਾਡੀਆਂ ਭੈਣਾਂ ਤੇ ਭਰਾਵਾਂ ਲਈ ਉਮੀਦ ਤਰੱਕੀ ਤੇ ਏਕਤਾ ਦਾ ਸ਼ਾਨਦਾਰ ਐਲਾਨ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬੋਲੇ ਨੇ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਗਰੀਬਾਂ ਤੇ ਵਾਂਝੇ ਲੋਕਾਂ ਦੇ ਅਧਿਕਾਰ ਅਸੀਂ ਬਹਾਲ ਕੀਤੇ ਵਖਵਾਦ ਪੱਥਰਬਾਜ਼ੀ ਦੀਆਂ ਘਟਨਾਵਾਂ ਅਤੀਤ ਦਾ ਹਿੱਸਾ ਬਣ ਗਈਆਂ ਨੇ ਤੇ ਧਾਰਾ 370 ਹਟਾਉਣ ਤੋਂ ਬਾਅਦ ਏਕਤਾ ਮਜ਼ਬੂਤ ਹੋਈ ਭਾਰਤ ਨਾਲ ਜੰਮੂ ਕਸ਼ਮੀਰ ਦੀ ਅਖੰਡਤਾ ਵੀ ਮਜ਼ਬੂਤ ਹੋਈ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਲਦਾਖ ਭਾਰਤ ਦਾ ਹਿੱਸਾ ਸੰਤ ਰਹਿਣਗੇ ਹੁਣ ਜੇ ਕਸ਼ਮੀਰ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਗੱਲ ਕਰ ਲਈਏ ਤਾਂ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਕਹਿੰਦੇ ਭਾਵੇਂ ਨਿਰਾਸ਼ ਆਂ ਪਰ ਹੌਸਲਾ ਕਾਇਮ ਹੈ ਨਿਰਾਸ਼ ਹਾਂ ਹੌਸਲਾ ਬਰਕਰਾਰ ਹੈ ਸੰਘਰਸ਼ ਜਾਰੀ ਰਹੇਗਾ ਭਾਜਪਾ ਨੂੰ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ 'ਚ ਧਾਕੇ ਲੱਗੇਗੇ ਤੇ ਅਸੀਂ ਵੀ ਲੰਬੀ ਲੜਾਈ ਲਈ ਤਿਆਰ ਹਾਂ ਪੀਡੀਪ ਮੁਖੀ ਤੇ ਸਾਬਕਾ ਮੁੱਖ ਮੰਤਰੀ ਜੰਮੂ ਕਸ਼ਮੀਰ ਦੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਹਾਰ ਨਹੀਂ ਮੰਨਣਗੇ ਇਮਾਨ ਸਨਮਾਨ ਦੀ ਲੜਾਈ ਜਾਰੀ ਰਹੇਗੀ ਪਾਕਿਸਤਾਨ ਦਾ ਵੀ ਬਿਆਨ ਆਇਆ ਹੈ ਉਥੋਂ ਦੀ ਅੰਤਰੀਮ ਸਰਕਾਰ ਦੇ ਵਿਦੇਸ਼ ਮੰਤਰੀ ਜਲੀਲ ਅਬਾਸ ਜਲਾਨੀ ਨੇ ਲਿਖਿਆ ਆਪਣੇ ਅਕਾਊਂਟ ਤੇ ਕਿ ਅੰਤਰਰਾਸ਼ਟਰੀ ਕਾਨੂੰਨ 5 ਅਗਸਤ 2019 ਨੂੰ ਭਾਰਤ ਵੱਲੋਂ ਚੁੱਕੇ ਗਏ ਗੈਰ ਕਾਨੂੰਨੀ ਤੇ ਇੱਕ ਪਾਸੜ ਕਦਮਾਂ ਨੂੰ ਸਵੀਕਾਰ ਨਹੀਂ ਕਰਦਾ ਇਸ ਮੁੱਦੇ ਤੇ ਭਾਰਤ ਦੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਆਂਇਕ ਸਮਰਥਨ ਦਾ ਕੋਈ ਕਾਨੂੰਨੀ ਮੁੱਲ ਨਹੀਂ ਹੈ ਕਸ਼ਮੀਰੀਆਂ ਨੂੰ ਸੰਯੁਕਤ ਰਾਸ਼ਟਰ ਦੇ ਸਬੰਧਿਤ ਪ੍ਰਸਤਾਵਾਂ ਦੇ ਤਹਿਤ ਸਵੈ ਨਿਰਣੇ ਦਾ ਅਧਿਕਾਰ ਹੈ। ਮੱਧ ਪ੍ਰਦੇਸ਼ ਦੇ ਵਿੱਚ ਆਖਿਰਕਾਰ ਬੀਜੇਪੀ ਨੂੰ ਮੁੱਖ ਮੰਤਰੀ ਮਿਲ ਹੀ ਗਿਆ ਹੈ। ਇੱਥੇ ਬੀਜੇਪੀ ਨੇ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਸ਼ਿਵਰਾਜ ਸਿੰਘ ਨੂੰ ਵਿਦਾ ਕਰਕੇ ਮੋਹਨ ਯਾਦਵ ਨੂੰ ਲੈ ਆਂਦਾ ਹੈ। ਹੁਣ ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਉਹਨਾਂ ਨੇ ਰਾਜਪਾਲ ਮੰਗੂ ਪਾਈ ਪਟੇਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ Shivraj Singh Chouhan ਨੇ ਵੀ ਆਪਣਾ ਅਸਤੀਫਾ ਸੌਂਪ ਦਿੱਤਾ। ਉਹਨਾਂ ਨੂੰ BJP ਦੇ ਨਵੇਂ ਚੁਣੇ ਗਏ ਵਿਧਾਇਕਾਂ ਦੇ ਲੀਡਰ ਚੁਣਨ ਦਾ ਪ੍ਰਸਤਾਵ ਹੈ ਜਿਹੜਾ ਉਹ Shivraj Singh Chouhan ਤੋਂ ਹੀ ਰੱਖਵਾਇਆ ਗਿਆ। Mohan Yadav ਹੁਣ ਤੱਕ Shivraj Singh Chouhan ਸਰਕਾਰ ਦੇ ਵਿੱਚ ਮੰਤਰੀ ਹੁੰਦੇ ਸੀ। ਮੱਧ ਪ੍ਰਦੇਸ਼ ਦਾ CM ਚੁਣੇ ਜਾਣ ਤੋਂ ਬਾਅਦ ਗਦਗਦ ਹੋਏ Yadav ਬੋਲੇ ਕਿ ਛੋਟਾ ਜਿਹਾ ਵਰਕਰ ਹਾਂ, ਮੋਦੀ ਦੇ ਸੁਪਨੇ ਪੂਰੇ ਕਰੂੰਗਾ। ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਸੰਸਦ ਦੇ ਸਰਦਰੁੱਤ ਸੈਸ਼ਨ ਦੌਰਾਨ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਬੇਲਾ ਅਤੇ ਮਹਿੰਗਾਈ, ਬੇਰੁਜ਼ਗਾਰੀ ਤੇ ਲੋਕ ਖੇਤ ਦੇ ਹੋਰ ਤੇ ਭਵਿੱਖ ਦੀ ਰਣਨੀਤੀ ਤੇ ਅੱਜ ਚਰਚਾ ਕੀਤੀ ਬੈਠਕ ਹੋਈ ਜਿਸ ਦੀ ਪ੍ਰਧਾਨਗੀ ਰਾਸ਼ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਮਲਕਾਰਜਨ ਖੜਗੇ ਨੇ ਕੀਤੀ ਜੋ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਨੇ ਮੀਟਿੰਗ ਦੇ ਵਿੱਚ ਤ੍ਰਿੰਨਮੂਲ ਕਾਂਗਰਸ ਦੇ ਨੇਤਾ ਡਾਇਰੈਕਟਰ ਬ੍ਰਾਇਨ ਡੀਐਮ ਕੇ ਲੀਡਰ ਤਰੁਚੀ ਸ਼ਿਵਾ ਆਮ ਆਦਮੀ ਪਾਰਟੀ ਦੇ ਰਾਗਵ ਚੰਡਾ ਤੇ ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ ਸਮੇਤ ਹੋਰ ਲੀਡਰ ਵੀ ਸ਼ਾਮਿਲ ਹੋਏ ਤੇ ਲੋਕ ਸਭਾ ਮੈਂਬਰ ਮਣੀਕਮ ਟੈਗੋਰ ਸਮੇਤ ਕੁਝ ਕਾਂਗਰਸ ਮੈਂਬਰਾਂ ਨੇ ਵੀ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਕੇਂਦਰੀ ਮੰਤਰੀ ਦੇ ਪੁੱਤਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੇ ਚਰਚਾ ਦੀ ਮੰਗ ਕਰਦੇ ਹੋਏ ਮੌਲਤਵੀ ਨੋਟਿਸ ਦਿੱਤੇ ਤਰਨਮੁਲ ਕਾਂਗਰਸ ਦੀ ਲੀਡਰ ਮੌਵਾ ਮੋਇਤਰਾ ਨੇ ਕੈਸ਼ ਫਾਰ ਕਾਵੇਰੀ ਦੇ ਦੋਸ਼ਾਂ ਤੇ ਲੋਕ ਸਭਾ ਚੋਂ ਬਾਹਰ ਕੱਢੇ ਜਾਣ ਵਿਰੋਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਈਡੀ ਨੇ ਕਥਿਤ ਜ਼ਮੀਨ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਨ ਨੂੰ ਨਵਾਂ ਸਵਮਨ ਭੇਜਿਆ ਹੈ। ਸੁਰੇਨ ਨੂੰ ਕੱਲ ਨੂੰ ਸੰਗੀ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਤੇ ਮਨੀ ਲਾਂਡਰਿੰਗ ਦੇ ਕਾਨੂੰਨ ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਯਾਨੀ ਕਿ ਕੱਲ 12 ਦਸੰਬਰ ਨੂੰ ਪੇਸ਼ ਹੋਣਗੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਸਾਈਬਰ ਕ੍ਰਾਈਮ ਸਿੰਡੀਕੇਟ ਦਾ ਹਿੱਸਾ ਬਣੇ ਚਾਰ ਵਿਅਕਤੀਆਂ ਨੂੰ ਚਾਰਖੰਡੇ ਹਜ਼ਾਰੀ ਬਾਗ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੇ ਇਹਨਾਂ ਨੇ ਪੰਜਾਬ ਦੇ ਇੱਕ ਵਿਅਕਤੀ ਨਾਲ 1,63,000 ਰੁਪਏ ਦੀ ਠੱਗੀ ਮਾਰੀ ਤੇ ਅਪਰਾਧ ਵਿੱਚ ਵਰਤੇ ਗਏ ਫੋਨ ਨੰਬਰ ਦੀ ਕੋਖ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਨੱਪ ਲਿਆ ਇਹਨਾਂ ਤੋਂ 10 ਮੋਬਾਈਲ ਫੋਨ 36 SIM ਕਾਰਡ 73 ਕ੍ਰੈਡਿਟ ਕਾਰਡ 12 ਪਾਸਬੁੱਕ ਤੇ ਚੈੱਕ ਬੁੱਕਾਂ ਦੁਪਈਆ ਵਾਹਨ ਚਾਰ ਪਈਆ ਵਾਹਨ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਇਜ਼ਰਾਈਲ ਗਾਜ਼ਾ ਯੁੱਧ ਦੀ ਗੱਲ ਕਰ ਲਈਏ ਤਾਂ ਇਸ ਯੁੱਧ ਦੇ ਖਿਲਾਫ ਆਮ ਲੋਕਾਂ ਦੇ ਹੱਕ ਦੇ ਵਿੱਚ ਅੱਜ ਪੰਧ ਦਾ ਸੱਦਾ ਦਿੱਤਾ ਗਿਆ ਸੀ ਫਲਸਤੀਨੀ ਗਰੁੱਪਾਂ ਨੇ ਗਾਜ਼ਾ ਦੇ ਲੋਕਾਂ ਨਾਲ ਇੱਕਜੁੱਟਤਾ ਦਿਖਾਉਣ ਦੇ ਲਈ ਵਿਸ਼ਵ ਵਿਆਪੀ ਬੰਦ ਦਾ ਸੱਦਾ ਦਿੱਤਾ ਸੀ ਇਸ ਦਾ ਅਸਰ ਵੈਸਟ ਬੈਂਕ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੜਤਾਲ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਦੁਕਾਨਾਂ ਬੰਦ ਰੱਖੀਆਂ ਜ਼ਿਆਦਾਤਰ ਸੜਕਾਂ ਕਾਸਨ ਸੰਨ ਦੇਖਿਆ ਕੁਛ ਲੋਕ ਸੈਰ ਕਰਦੇ ਜ਼ਰੂਰ ਦੇਖੇਗੇ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਇਜ਼ਰਾਈਲ ਦੇ ਹਮਲੇ ਲਗਾਤਾਰ ਜਾਰੀ ਨੇ ਤੇ ਅ ਕਰੀਬ ਇੱਥੇ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਹੈ ਇਜ਼ਰਾਈਲ ਦੇ 1200 ਲੋਕਾਂ ਅਤੇ ਜਿਹੜੇ ਫਲਸਤੀਨੀ ਨੇ ਉੱਥੇ 18000 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਜੰਗ ਕਦੋਂ ਤੱਕ ਚੱਲੇਗੀ ਇਸ ਨੂੰ ਲੈ ਕੇ ਇਜ਼ਰਾਈਲੀ ਫੌਜ ਦੇ ਸਾਬਕਾ ਡਿਪਟੀ ਕਮਾਂਡਰ ਨੇ ਦਾਅਵਾ ਕੀਤਾ ਕਿ 2 ਮਹੀਨੇ ਹੋਰ ਇਹ ਜੰਗ ਚੱਲ ਸਕਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਗਾਜ਼ਾ ਨੂੰ ਹਮਾਸ ਤੋਂ ਆਜ਼ਾਦ ਕਰਵਾ ਰਿਹਾ ਹੈ ਯਾਨੀ ਕਿ ਇਜ਼ਰਾਈਲ ਜੋ ਕਰ ਰਿਹਾ ਠੀਕ ਕਰ ਰਿਹਾ ਗਾਜ਼ਾ ਡਿਵੀਜ਼ਨ ਦੇ ਸੇਵਾਮੁਕਤ ਡਿਪਟੀ ਕਮਾਂਡਰ ਅਮੀਰ ਅਵੀਵੀ ਨੇ ਵੀ ਦੱਸਿਆ ਕਿ ਅਸੀਂ ਇਸ ਵਕਤ ਨਾਜ਼ੁਕ ਮੋੜ ਤੇ ਹਾਂ ਬਹੁਤ ਸਾਰੇ ਜਿਹੜੇ ਖਾੜਕੂ ਨੇ ਉਹ ਆਤਮ ਸਮਰਪਣ ਕਰ ਰਹੇ ਨੇ ਇੱਕ ਜਾਂ ਦੋ ਹਫ਼ਤਿਆਂ ਦੇ ਅੰਦਰ ਆਈਡੀਐਫ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਦਾ ਪੂਰਾ ਕੰਟਰੋਲ ਲੈ ਲਵੇਗਾ ਵੀਸੀਸੀਆਈ ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਵਜੋਂ ਜਾਣਿਆ ਜਾਂਦਾ ਤਾਜ਼ਾ ਮੀਡੀਆ ਰਿਪੋਰਟ ਦੇ ਵਿੱਚ ਇਸ ਦੀ ਮੌਜੂਦਾ ਸੰਪਤੀ ਦੇ ਸਹੀ ਅੰਕੜਿਆਂ ਤੋਂ ਪਰਦਾ ਝੁਕਿਆ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬੋਰ आस्ट्रेलियाई हमरुतबाई गुणा वाद कमाई की है पिछले महीने बीसीसीए की कुल संपत्ति सवा दो अरब डॉलर से यानी कि करीब अठारह हजार सत्त सौ करोड़ रुपई क्रिकेट आस्ट्रेलिया दूजा सब तो वाला अमीर बोर्ड है उसकी संपत्ति ਪੌਣੇ 8 ਕਰੋੜ ਡਾਲਰ ਹੈ ਸਿਖਰਲੇ 10 ਕ੍ਰਿਕਟ ਬੋਰਡਾਂ ਦੀ ਜੇ ਸਾਰੀ ਸੰਪਤੀ ਮਿਲਾਇ ਜਾਵੇ ਤਾਂ ਉਹ ਭਾਰਤੀ ਬੋਰਡ ਦੀ ਕੁੱਲ ਜਾਇਦਾਦ ਦਾ 85% ਬਣਦਾ ਹੈ ਦੱਖਣੀ ਪੂਰਬੀ ਇੰਗਲੈਂਡ ਦੇ ਕਸਬੇ ਵਿੱਚ ਬਜ਼ੁਰਗ ਸਿੱਖ ਨੂੰ ਅੱਲੜ ਮੁੰਡਿਆਂ ਦੇ ਸਮੂਹ ਦੇ ਵੱਲੋਂ ਕੁੱਟਮਾਰ ਕਰਨ ਵਾਲੀ ਨਫ਼ਰਤ ਤੇ ਅਪਰਾਧ ਦੀ ਘਟਨਾ ਦੇ ਸਬੰਧ ਵਿੱਚ 14 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਟੇਮਸ ਵੈਲੀ ਪੁਲਿਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਗ੍ਰਿਫਤਾਰ ਕੀਤੇ ਗਏ ਮੁੰਡੇ ਨੂੰ ਅਗਲੇ ਸਾਲ ਫਰਵਰੀ 15 ਤੱਕ ਪੁਲਿਸ ਪੁਲਿਸ ਨੇ ਜ਼ਮਾਨਾ ਤੇ ਰਹਾ ਵੀ ਕਰ ਦਿੱਤਾ 21 ਨਵੰਬਰ ਨੂੰ 58 ਸਾਲ ਦੇ 인ਦਰਜੀਤ ਸਿੰਘ ਜਦੋਂ ਸਲੋ ਦੇ ਲੈਂਗਲੇ ਮੈਮੋਰੀਅਲ ਪਾਰਕ ਦੇ ਵਿੱਚੋਂ ਲੰਘ ਰਹੇ ਸਨ ਤਾਂ ਮੁੰਡਿਆਂ ਦੇ ਗਰੁੱਪ ਨੇ ਉਹਨਾਂ ਨੂੰ ਘੇਰ ਲਿਆ 13 ਤੋਂ 16 ਸਾਲ ਦੇ ਸਾਰੇ ਅੱਲੜ ਮੁੰਡੇ ਸੀਗੇ ਇਹਨਾਂ ਨੇ 인ਦਰਜੀਤ ਸਿੰਘ ਨੂੰ ਲੱਤਾਂ ਕਸੂਨ ਮਾਰੇ ਖਿੱਚ ਤੂ ਤੋਂ ਬਾਅਦ heਠਾਂ ਸੁੱਟ ਲਿਆ ਸੀ ਇਸ ਨੂੰ ਨਸਲੀ ਹਮਲਾ ਮੰਨਿਆ ਗਿਆ ਸੀ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ